ਸਤਿ ਸ਼੍ਰੀ ਅਕਾਲ ਜੀ ਜਸ ਪੰਜਾਬੀ ਤੇ ਪੰਜਾਬ ਬੋਲ ਦਾ ਵੇਖ ਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲ ਦਾ ਦੇ ਵਿੱਚ ਅੱਜ ਗੱਲ ਕਰਾਂਗੇ ਪੰਜਾਬੀ ਸਿਨੇਮਾ ਦੀ ਪੰਜਾਬੀ ਸਿਨੇਮਾ ਉਭਾਰ ਦੇ ਵੱਲ ਐ ਲਗਾਤਾਰ ਚੰਗੀਆਂ ਫਿਲਮਾਂ ਵੀ ਆ ਰਹੀਆਂ ਨੇ ਚੰਗੀ ਕਮਾਈ ਵੀ ਕਰ ਰਹੀਆਂ ਨੇ ਕਈ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਨੂੰ ਮੌਕੇ ਵੀ ਮਿਲ ਰਹੇ ਨੇ ਪਰ ਇਸੇ ਵਿਚਾਲੇ ਪੰਜਾਬੀ ਸਿਨੇਮੇ ਨੂੰ ਖਾਸ ਤੌਰ ਤੇ ਲੈ ਕੇ ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਪੰਜਾਬੀ ਸਿਨੇਮੇ ਚ ਜਿਸ ਤਰੀਕੇ ਦੀਆਂ ਫਿਲਮਾਂ ਬਣ ਰਹੀਆਂ ਨੇ ਖਾਸ ਤੌਰ ਤੇ ਨੌਜਵਾਨਾਂ ਨੂੰ ਟਾਰਗੇਟ ਕਰਕੇ ਕੀ ਉਹ ਸਹੀ ਦਿਸ਼ਾ ਦੇ ਵਿੱਚ ਜਾ ਰਹੀਆਂ ਨੇ ਵੱਡਾ ਸਵਾਲ ਇਸ ਲਈ ਕਿਉਂਕਿ ਲਗਾਤਾਰ ਪੰਜਾਬੀ ਸਿਨੇਮੇ ਵਿੱਚ ਕੁਝ ਜਈਆਂ ਫਿਲਮਾਂ ਪਿੱਤੇ ਦਿਨਾਂ ਦੇ ਵਿੱਚ ਬਣੀਆਂ ਨੇ ਜੋ ਖਾਸ ਤੌਰ ਦੇ ਉੱਤੇ ਜਿਹੜੇ ਗੈਂਗਸਟਰ ਕਲਚਰ ਹੈ ਜਾਂ ਕਹਿ ਸਕਦੇ ਹਾਂ ਕਿ ਗਨ ਕਲਚਰ ਹੈ ਉਸ ਨੂੰ ਬਹੁਤ ਪ੍ਰਫੁੱਲਤ ਕਰਦੀਆਂ ਨੇ ਪੇਟਾਉਂਦੀਆਂ ਨੇ ਤਾਂ ਇਸ ਦਾ ਨੌਜਵਾਨਾਂ ਦੇ ਉੱਤੇ ਅਸਰ ਕੀ ਪੈਂਦਾ ਹੈ ਉਹੀ ਜਾਣਨ ਦੇ ਲਈ ਅਸੀਂ ਪੰਜਾਬ ਦੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਹੀ ਕਰਾਂਗੇ ਕਿ ਕਿਸ ਤਰੀਕੇ ਦਾ ਸਿਨੇਮਾ ਉਹ ਪਸੰਦ ਕਰਦੇ ਨੇ ਤੇ ਮੌਜੂਦਾ ਵੇਲੇ ਜੋ ਫਿਲਮਾਂ ਬਣ ਰਹੀਆਂ ਨੇ ਪੰਜਾਬ ਦੇ ਵਿੱਚ ਉਹ ਕਿਸ ਤਰੀਕੇ ਜਵਾਨੀ ਨੂੰ ਪ੍ਰਭਾਵਿਤ ਕਰਨਗੀਆਂ ਭਾ ਜੀ ਕੀਨਾ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਹੈ ਚੰਨਜੀ ਤੁਸੀਂ ਦੱਸੋ ਕਿ ਪੰਜਾਬੀ ਸਿਨੇਮੇ ਦੇ ਵਿੱਚ ਫਿਲਮਾਂ ਬਣ ਰਹੀਆਂ ਨੇ ਖਾਸ ਤੌਰ ਦੇ ਉੱਤੇ ਗੈਂਗਸਟਰਾਂ ਦੇ ਉੱਤੇ ਫਿਲਮਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਫਿਲਮ ਬਣ ਰਹੀ ਹੈ ਤੇ ਇੱਕ ਹੋਰ ਨਵੀਂ ਫਿਲਮ ਆ ਰਹੀ ਹੈ ਸਵਾਲੇ ਉੱਠ ਰਿਹਾ ਹੈ ਕਿ ਕੀ ਇਸ ਤਰੀਕੇ ਦਾ ਸਿਨੇਮਾ ਸਾਡੇ ਨੌਜਵਾਨਾਂ ਦੇ ਲਈ ਚੰਗਾ ਹੈ ਜਾਂ ਫਿਰ ਮਾੜਾ ਹੈ ਤੁਸੀਂ ਕੀ ਸੋਚਦੇ ਹੋ ਸਾਡੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਦਰਸ਼ਕ ਕਿਸ ਕਿਹੜੇ-ਕਿਹੜੇ ਬੈਠੇ ਆ ਉਹ ਚ ਸਾਰੇ ਆ ਜਾਂਦੇ ਆ ਠੀਕ ਹੈ ਨਾ ਹੁਣ ਉਹਨਾਂ ਦਾ ਵਿਊ ਕੀ ਹੈ ਠੀਕ ਹੈ ਨਾ ਕਿਸ ਨਜ਼ਰੀਏ ਨਾਲ ਜਾਂਦੇ ਆ ਠੀਕ ਹੈ ਨਾ ਇੱਕ ਤੇ ਫਿਲਮ ਜਿੱਥੋਂ ਤੱਕ ਦਿਖਾਉਣ ਦਾ ਮਤਲਬ ਹੁੰਦਾ ਹੈ ਉਹ ਸਮਾਜ ਕੀ ਚੱਲ ਰਿਹਾ ਹੈ ਸਮਾਜ ਚ ਕੀ ਗੰਦੀਆਂ ਕਰਤੂਤਾਂ ਚੱਲ ਰਹੀਆਂ ਨੇ ਕਿਸ ਢੰਗ ਦੇ ਨਾਲ ਸਿੰਜਾ ਜਾ ਰਿਹਾ ਹੈ ਫਿਲਮ ਦਾ ਮਕਸਦ ਇਹ ਹੁੰਦਾ ਹੈ ਠੀਕ ਹੈ ਨਾ ਇਹ ਦੇਖਣ ਲਈ ਠੀਕ ਹੈ ਨਾ ਤੇ ਜੋ ਜਿਸ ਤਰੀਕੇ ਦੇ ਨਾਲ ਟਰਨ ਬਾਈ ਟਰਨ ਗੈਂਗਸਟਰਾਂ ਦੇ ਉੱਤੇ ਚੱਲੀ ਆ ਰਹੀ ਹੈ ਇੱਕ ਇੱਕ ਪੋਲੀਟੀਕਲ ਇੱਕ ਲਾਈਫ ਵੀ ਦੱਸੀ ਜਾਂਦੀ ਹੈ ਪੋਲੀਟੀਕਲ ਐਕਸ਼ਨ ਵੀ ਦੱਸੇ ਜਾਂਦੇ ਆ ਤੇ ਉਸ politcal action ਦਾ ਪ੍ਰਭਾਵ ਸਮਾਜ ਤੇ ਪੈ ਰਿਆ ਉਸ politcal ਨੂੰ ਸਮਾਜ ਜਿਉਂਦਾ ਕਰ ਰਿਹਾ ਓਵੇਂ ਦੇ ਤਰੀਕੇ ਨਾਲ ਗੰਦਲੇ ਤਰੀਕੇ ਨਾਲ ਹਥਿਆਰ ਨਸ਼ੇ ਭਰੂਣ ਹੱਤਿਆ ਸੌਰੀ ਕੀ ਰੇਪ ਕੇਸਿਸ ਹਨਾ ਇਸ ਤਰੀਕੇ ਦੇ ਨਾਲ ਕ੍ਰਿਤੀਆਂ ਬਾਹਰ ਆ ਰਹੀਆਂ ਠੀਕ ਹੈ ਨਾ ਤੇ ਉਸ ਚੀਜ਼ ਨੂੰ ਵੀ ਇੱਕ ਫਿਲਮ ਦਰਸਾ ਰਹੀ ਹੈ ਠੀਕ ਹੈ ਉਸ ਆਸੀ ਉਸ ਯੂਥ ਨੂੰ ਕਿੱਦਲ ਬਾਨੇ ਦੇਣਾ ਹੈ ਉਹ ਤੇ ਜ਼ਰੂਰੀ ਹੈ ਕਿ ਐਵੇਂ ਦੀਆਂ ਫਿਲਮਾਂ ਆਉਣ ਕਿ ਇੱਕ ਯੁੱਧ ਨੂੰ ਪਤਾ ਚੱਲੇ ਕਿ ਇੱਕ ਐਵੇਂ ਦਾ ਯੁੱਧ ਖੜਾ ਆਇਆ ਬਾਅਦ ਚ ਉਹਨਾਂ ਦਾ ਕਿ ਘਰ ਤਬਾਹ ਹੋ ਗਏ ਉਹਨਾਂ ਦੇ ਘਰ ਦੇ ਚੁੱਲਿਆਂ ਦੇ ਉੱਤੇ ਕਾਹ ਹੋਗਾ ਏ ਇਹੋ ਜਿਹਾ ਉਹਨਾਂ ਦਾ ਘਿਰਲੂ ਇੱਕ ਅਵਸਥਾ ਬਣ ਗਈ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਸਿਨੇਮਾ ਇਸ ਤਰੀਕੇ ਦਾ ਬਣਨਾ ਵੀ ਚਾਹੀਦਾ ਏ ਤਾਂ ਉਹ ਸਿੱਧੇ ਦੇਣ ਵਾਲਾ ਹੋਣਾ ਚਾਹੀਦਾ ਏ ਕਿ ਉਹ ਦੱਸੇ ਕਿ ਜੇਕਰ ਕੋਈ ਇਸ ਤਰੀਕੇ ਦੀ ਗਲਤ ਰਾਹ ਤੇ ਪਿਆ ਸੀ ਤਾਂ ਕੱਲ ਉਹਦੇ ਨਾਲ ਵਾਪਰਿਆ ਕਿ ਤੇ ਦੂਜੀ ਗੱਲ ਇਹ ਵੀ ਆ ਕਿ ਸਾਨੂੰ ਜਿਹੜੀ ਫਿਲਮ ਦੇਖ ਰਹੀ ਹਾਂ ਉਸ ਵਿੱਚੋਂ ਅਸੀਂ 네ਗੇਟਿਵ ਪੁਆਇੰਟ ਉੱਥੇ ਛੱਡ ਕੇ ਆਉਣੇ ਚਾਹੀਦੇ ਆ ਠੀਕ ਹੈ ਤੇ ਜਿਹੜੇ ਪੋਜ਼ਿਟਿਵ ਚੀਜ਼ ਮਿਲਦੀ ਹੈ ਉਹ ਲੈ ਕੇ ਆਓ ਠੀਕ ਹੈ 네ਗੇਟਿਵ ਚ ਹੋ ਸਕਦਾ ਉਹਦਾ ਕੈਰੈਕਟਰ ਓ ਢਿੱਲਾ ਉਹ ਤੇ ਹੋਰ ਆਲੋਚਿਕ ਚੀਜ਼ ਆ ਠੀਕ ਹੈ ਨਾ ਉਹਦੇ ਡਾਇਲੋਗਸ ਉਹਦੇ ਗਾਣੇ ਜਾਂ ਉਹਦੇ ਹੋਰ ਵੀ ਕੈਰੈਕਟਰ ਜੀ ਉਹ ਪੂਰਾ ਰੋਲ ਨਿਭਾ पाए ਕਿ ਨਹੀਂ ਪਾਏ ਠੀਕ ਹੈ ਨਾ ਇੱਕ ਕ੍ਰਿਟਿਕ ਫਿਲਮਾਂ ਚ ਇੰਨਾ ਕ ਬੰਦਾ ਹੈ ਪਰ ਉਸ ਜੇ ਅਸੀਂ ਕਿਤੇ ਇਸ ਸਮਾਜ ਦੇ ਲੱਛਰਪੰਤਾਂ ਨੂੰ ਦਰਸਾ ਰਹੇ ਆ ਜੇ ਸਮਾਜ ਨੂੰ ਕਿਸੇ ਡਿਗ ਰਿਹਾ ਹੈ ਹਨਾ ਉਹਦਾ ਜਿਆ ਸਾਰਾ ਜ਼ਿੰਮੇਵਾਰ ਉਹ ਇੱਕ ਰਾਜਨੀਤਿਕ ਸੰਸਥਾ ਹੀ ਹੈ ਜੋ ਸਾਨੂੰ ਐਵੇਂ ਦੇ ਕ੍ਰੀਏਟ ਕਰਦੇ ਤੇ ਉਹ ਫਿਲਮ ਬਣਾਉਣ ਵਾਲੇ ਵੀ ਮੈਨੂੰ ਲੱਗਦਾ ਹੈ ਕਿ ਸਹੀ ਆ ਪਰ ਸਾਨੂੰ ਉਹ ਚੀਜ਼ ਲੈਣੀ ਚਾਹੀਦੀ ਕਿ ਇਹੋ ਜੇ ਇਹੋ ਜੀ ਜਿਹੜੀ ਯੂਥ ਬਣ ਰਹੀ ਹੈ ਹਨਾ ਗੈਂਗਸਟਰਾਂ ਦੀ ਬਣਨੀ ਉਹ ਤੋਂ ਗੁਰੇਜ਼ ਕਰਕੇ ਹੋਰ ਹੋਰ ਥਾਵਾਂ ਵੀ ਹੈਗੀਆਂ ਹੋਰ ਸੰਸਥਾ ਵੀ ਹੈਗੀਆਂ ਜਿੱਦੇ ਪਿੱਛੇ ਲੱਗਣਾ ਚਾਹੀਦਾ ਕਿਤਾਬ ਪੜ੍ਹਨੀ ਚਾਹੀਦੀ ਹੈ ਚੰਗੀ ਸੋਚ ਵਾਲੇ ਬੰਦੇ ਨਾ ਰਹਿਣਾ ਚਾਹੀਦਾ ਠੀਕ ਹੈ ਉਹ ਚੰਗੇ ਰਾਜਨੀਤਿਕ ਵਾਲੇ ਬੰਦੇ ਨੂੰ سپورਟ ਦੇਣੀ ਚਾਹੀਦੀ ਹੈ ਠੀਕ ਹੈ ਨਾ ਕਿਉਂਕਿ ਅਸੀਂ ਜਿਨ੍ਹਾਂ ਨੂੰ سپورਟ ਦੇ ਰਹੇ ਸਾਨੂੰ ਖੁਦ ਨੂੰ ਪਤਾ ਹੁੰਦਾ ਸੀ ਕਿਸ ਨੂੰ سپورਟ ਦੇ ਰਹੇ ਠੀਕ ਹੈ ਨਾ ਇਨ੍ਹਾਂ ਫਿਲਮਾਂ ਦੇ ਰਾਹੀਂ ਸਾਨੂੰ ਇਹ ਚੀਜ਼ਾਂ ਤੇ ਜ਼ਰੂਰ ਪਤਾ ਲੱਗ ਰਿਹਾ ਪਰ ਉਹਨਾਂ ਯੂਥ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜੋ ਦੇਖਣ ਜਾ ਰਹੇ ਆ ਹਣਾ ਉਹ ਇੱਕ ਨਜ਼ਰੀਆ ਲੈ ਕੇ ਜਾਣ ਕਿ ਅਸੀਂ ਇਹ ਜਿਹੜੀ ਫਿਲਮ ਦੇਖਣ ਜਾ ਰਹੇ ਅਸੀਂ ਕੁਝ ਕੀ ਲੈਣਾ ਠੀਕ ਹੈ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਮਨ ਤੁਸੀਂ ਦੱਸੋ ਕਿ ਇਸ ਤਰੀਕੇ ਦੇ ਸਿਨੇਮੇ ਬਾਰੇ ਤੁਹਾਡੇ ਕੀ ਵਿਚਾਰ ਹੈ ਕਿ ਇਹ ਚੰਗਾ ਹੈ ਮਾੜਾ ਹੈ ਤੁਸੀਂ ਕੀ ਸੋਚਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜਾ ਅੱਜ ਕੱਲ ਸਿਨੇਮਾ ਹੈਗਾ ਜਿਹੜਾ ਗਨ ਕਲਚਰ ਨੂੰ ਪ੍ਰਮੋਟ ਕਰਦਾ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦਾ ਜੇ ਅਸੀਂ ਹਥਿਆਰਾਂ ਦੀ ਗੱਲ ਕਰੀਏ ਤਾਂ ਗੁਰੂ ਮਹਾਰਾਜ ਨੇ ਵੀ ਸਾਨੂੰ ਸ਼ਸਤਰ ਬਖਸ਼ੇ ਹੋਏ ਹਨ ਤੇ ਉਹ ਸਭ ਤੋਂ ਪਹਿਲਾਂ ਮੇਨ ਜੀ ਜੇ ਹੈਗੀ ਵੀ ਉਹਨਾਂ ਨੇ ਸਿੱਧੇ ਹਥਿਆਰ ਨਹੀਂ ਫੜਾਏ ਉਹਨਾਂ ਨੇ ਇੱਕ ਪ੍ਰੋਪਰ ਫਿਲਾਸਫੀ ਵੀ ਜਿਹੜਾ ਸੰਤ ਫਿਰ ਸਿਪਾਹੀ ਹੈ ਪਹਿਲਾਂ ਸੰਤ ਹੈ ਫਿਰ ਸਿਪਾਹੀ ਹੈ ਤੇ ਹੁਣ ਦਾ ਜਿਹੜਾ ਸਿਨੇਮਾ ਹੈਗਾ ਆ ਜਿਹੜਾ ਸਾਡੇ ਇੱਕ ਸਾਡੇ ਕੌਨਸ਼ੀਅਸਨੈਸ ਦੇ ਵਿੱਚ ਇੱਕ ਜਜਾਰੂ ਪੋਣਾ ਪਿਆ ਹੈਗਾ ਜਾਂ ਜਿਹੜਾ ਲੜਨ ਦੀ ਪ੍ਰਵਿਰਤੀ ਪਈ ਹੈ ਉਹਨਾਂ ਨੂੰ ਪ੍ਰਮੋਟ ਜ਼ਿਆਦਾ ਕਰਦਾ ਮੇਰੇ ਹਿਸਾਬ ਨਾਲ ਤੇ ਜਿਹੜੀ ਉਹ ਇੱਕ ਸੇਧ ਦੇਣ ਵਾਲੀ ਚੀਜ਼ ਹੁੰਦੀ ਆ ਉਹ ਕਿਤੇ ਨਾ ਕਿਤੇ ਉਹਦੀ ਘਾਟ ਹੈਗੀ ਆ ਮਨ ਲੱਗਦਾ ਕਿ ਇੱਕ ਇਲਜ਼ਾਮ ਇਹ ਵੀ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਨੂੰ ਲੈ ਕੇ ਕਿ ਜਿਹੜੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਉਹਨਾਂ ਦਾ ਟਾਰਗੇਟ ਨੌਜਵਾਨ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਤੇ ਉਹ ਸੰਦੇਸ਼ ਘਟ ਦਿੰਦੇ ਆ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਨਾਲ ਪ੍ਰਭਾਵਿਤ ਕਰਕੇ ਮੁਨਾਫਾ ਖਰੀਦ ਵੱਲ ਵੱਧ ਜਾ ਰਹੇ ਇਹ ਸਰ ਇਹ ਮਤਲਬ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਇਹ ਕਲਚਰ ਦੇ ਵਿੱਚ ਕਦੀ ਕਦੀ ਮੋੜਾ ਪੈਣਾ ਹੁੰਦਾ ਤੇ ਉਹ ਜਦੋਂ ਅੱਤ ਹੋ ਜਾਂਦੀ ਆ ਤੇ ਉਹ ਚੀਜ਼ ਨੂੰ ਕੰਟਰੋਲ ਕਰਨ ਲਈ ਫੇਰ ਦੁਬਾਰਾ ਬੰਦੇ ਉਧਰ ਨੂੰ ਮਤਲਬ ਧਰਮ ਵਾਲੇ ਪਾਸੇ ਕਹਿ ਲਓ ਜਾਂ ਫਿਲਾਸਫੀ ਵਾਲੇ ਪਾਸੇ ਕਹਿ ਲਓ ਜਾਂ ਜਿਹੜੇ ਆਪਣੀ ਰੂਟਸ ਹੁੰਦੀਆਂ ਉਹਨਾਂ ਵੱਲ ਜਾਂਦੇ ਹੈਗੇ ਆ ਤੇ ਇਹ ਜਿਹੜੀ ਹੁਣ ਤੁਸੀਂ ਗੱਲ ਕੀਤੀ ਵੀ ਕਮਰਸ਼ੀਅਲ ਜਿਹੜੀ ਕਮਰਸ਼ੀਅਲ ਐਂਗਲ ਹੈਗੀ ਆ ਇਹ ਇਹਦੇ ਬਾਰੇ ਜਿਹੜੇ ਬਣਾਉਂਦੇ ਹੈਗੇ ਆ ਉਹ ਜਾਦਾ ਬਿਹਤਰ ਦੱਸ ਸਕਦੇ ਆ ਕਿਉਂਕਿ ਉਹ ਕਿੰਨੂੰ ਟਾਰਗੇਟ ਕਰਦੇ ਹੈਗੇ ਆ ਵੀ ਜਿੱਦਾਂ ਹੁਣ ਅਸੀਂ ਪੰਜਾਬ ਸਿਨੇਮਾ ਦੀ ਗੱਲ ਕਰੀਏ ਤਾਂ ਉਹ ਜਾਦਾ ਵਪਾਰ ਪੁਆਇੰਟ ਆਫ 뷰 ਤੋਂ ਹੀ ਗੱਲ ਹੁੰਦੀ ਜਿੱਦਾਂ ਕਾਮੇਡੀ ਆ ਤਾਂ ਕਾਮੇਡੀ ਤੜਾ ਤੜ ਬਣੇਗੀ ਜੇ ਹਥਿਆਰਾਂ ਵਾਲੀ ਗੱਲ ਆ ਫਿਰ ਹਥਿਆਰ ਵਾਲੀ ਬਣੇਗੀ ਗੈਂਗਸਟਰ ਵਾਲੀ ਬਣੇਗੀ ਜੇ ਨਸ਼ੇ ਵਾਲੀ ਗੱਲ ਆ ਤਾਂ ਫਿਰ ਨਸ਼ੇ ਵਾਲੀ ਬਣੀ ਜਾਏਗੀ ਉਹ ਇੱਕ ਇੱਕ ਜਿਹੜੀ ਹੁੰਦੀ ਨਾ ਵੀ ਇੱਕ ਲੀ ਤੋਂ ਹਟ ਕੇ ਇਹਨਾਂ ਨੂੰ ਮੁਨਾਫਾ ਆਉਂਦਾ ਜਿਨ੍ਹਾਂ ਨੂੰ ਲੱਗਦਾ ਫਿਰ ਉਸੇ ਤਰੀਕੇ ਦੀਆਂ ਫਿਲਮਾਂ ਬਣਾਉਣੇ ਉਹ ਜਿਹੜੀ ਲੀ ਤੋਂ ਹਟ ਕੇ ਚੀਜ਼ ਹੁੰਦੀ ਆ ਜਿੱਦਾਂ ਹੁਣ ਚੰਗੀ ਜਿਹੜਾ ਹੁਣ ਕਿੱਸਾ ਪੰਜਾਬ ਇੱਕ ਫਿਲਮ ਆਈ ਸੀਗੀ ਉਹ ਮੈਨੂੰ ਲੱਗਦਾ ਨਹੀਂ ਹੈਗਾ ਕਿਸੇ ਨੇ ਬਹੁਤੀ ਦੇਖੀ ਹੋਊਗੀ ਪਰ ਉਹ ਚੰਗਾ ਜਿਹੜਾ ਸਿਨੇਮਾ ਹੈਗਾ ਉਹ ਸਿਰਜਣ ਦੇ ਵਿੱਚ ਕਈ ਚ ਮਤਲਬ ਪ੍ਰਭਾਵਿਤ ਕਰਦੀਆਂ ਹੁੰਦੀਆਂ ਤੇ ਜਦੋਂ ਹੁਣ ਤੁਸੀਂ ਉਹਦਾ ਦੀ ਡਾਈਟ ਉਹਨਾਂ ਨੂੰ ਮਤਲਬ ਉਹਦਾਂ ਦਾ ਚੀਜ਼ ਦਿਖਾਓਗੇ ਯੂਥ ਨੂੰ ਉਹਦਾਂ ਦੀ ਚੀਜ਼ ਦੱਸੋਗੇ ਵੀ ਹਾਂ ਵੀ ਆਹ ਵੀ ਚੀਜ਼ ਪਈ ਹੈਗੀ ਆ ਤਾਂ ਉਹ ਉਹਦਾਂ ਦੀ ਚੀਜ਼ ਨੂੰ ਸਮਝੂਗੇ ਰੈਦਰ ਦੈਨ ਸਿਰਫ ਗਨ ਕਰ। ਇਹ ਦੱਸੋ ਕਿ ਅੱਜ ਦੀ ਯੂਥ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕੋਲ ਸੋਸ਼ਲ ਮੀਡੀਆ ਹੈ ਇਨਫੋਰਮੇਸ਼ਨ ਦੀ ਕੋਈ ਕਮੀ ਨਹੀਂ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਉਹ ਉਸੇ ਇਨਫੋਰਮੇਸ਼ਨ ਦੇ ਵਿੱਚ ਗਵਾ ਚੁੱਕਿਆ ਹੈ ਤੇ ਉਸ ਇਨਫੋਰਮੇਸ਼ਨ ਤੋਂ ਚੰਗਾ ਕੀ ਹੈ ਮਾੜਾ ਕੀ ਹੈ ਉਸ ਨੂੰ ਪਰਖਣ ਦੀ ਜਿਹੜੀ ਉਹਨਾਂ ਦੇ ਵਿੱਚ ਇੱਕ ਤਾਂ ਸੀ ਕਹਿ ਸਕਦੇ ਹੋ ਕਿ ਤਾਕਤ ਹੈ ਜਾਂ ਸਮਝ ਹੈ। ਉਸ ਤਰੀਕੇ ਦੀ ਨਹੀਂ ਰਹੀ ਤੇ ਉਹ ਮਾੜੀਆਂ ਚੀਜ਼ਾਂ ਨੂੰ ਜਿਆਦਾ ਪ੍ਰਾਪਤ ਕਰ ਗਈ। ਇੱਥੇ ਇਹ ਗੱਲ ਹੈਗੀ ਵੀ ਜਿਹੜਾ ਸੈਗਰੀਗੇਸ਼ਨ ਹੁੰਦੀ ਆ ਸੈਗਰੀਗੇਸ਼ਨ ਮਤਲਬ ਵੀ ਆ ਚੀਜ਼ ਚੰਗੀ ਆ ਮਾੜੀ ਹੈਗੀ ਆ ਉਹ ਸਾਨੂੰ ਘਰਾਂ ਤੋਂ ਮਿਲਦੀ ਹੁੰਦੀ ਆ ਤੇ ਆਪਣੇ ਘਰ ਹੁਣ ਜਿਹੜੇ ਹੁਣ ਜਿਹੜਾ ਸੋਸ਼ਲ ਸਟਰਕਚਰ ਹੋ ਚੁੱਕਾ ਆ ਉਹਦੇ ਵਿੱਚ ਇਦਾਂ ਆ ਵੀ ਘਰਦਿਆਂ ਦੇ ਵਿੱਚ ਆਪਾਂ ਬਹੁਤਾ ਸੰਵਾਦ ਨਹੀਂ ਰਚਾਉਂਦੇ ਆਪਾਂ ਬਸ ਵੀ ਠੀਕ ਆ ਘਰੇ ਰਹਿਣੇ ਆ ਠੀਕ ਆ ਕੋਈ ਚੱਕਰ ਨਹੀਂ ਹਨਾ ਰੋਟੀ ਪਾਣੀ ਛਕੋ ਤੇ ਖਾਓ ਤੇ ਬਸ ਬਸ ਇੰਨਾ ਸਸਟੀ ਗੱਲ ਸਸਟੀ ਗੱਲ ਵਾਲੀ ਗੱਲ ਤੇ ਉੱਥੇ ਜਿਹੜੀ ਉਹ ਚੀਜ਼ ਹੈਗੀ ਆ ਉਹਦਾ ਇਫੈਕਟ ਇਹ ਹੋ ਰਿਹਾ ਆ ਵੀ ਜਿਹੜੀ ਮਤਲਬ ਤੁਸੀਂ ਗੱਲ ਕਹੀ ਹੈਗੀ ਆ ਜਿਹੜੀ ਸਮਝ ਪੈਦਾ ਹੋਣੀ ਹੈ ਤੁਹਾਡੀ ਪਰਿਵਾਰਕ ਕਮਿਊਨੀਕੇਸ਼ਨ ਟੁੱਟ ਚੁੱਕੀ ਆ ਤੁਹਾਡੀ ਵੀ ਇੰਟੈਲੈਕਚੁਅਲ ਪੱਧਰ ਦੇ ਉੱਤੇ ਅਸੀਂ ਮਤਲਬ ਉਹਨੂੰ ਚੀਜ਼ ਨੂੰ ਉਸ ਹਿਸਾਬ ਨਾਲ ਨਹੀਂ ਸਮਝਦੇ ਜਿੱਦਾਂ ਸਾਡੇ ਪੁਰਖੇ ਸਮਝਦੇ ਸੀਗੇ ਜਾਂ ਜਿੱਦਾਂ ਰਿਸ਼ਤਿਆਂ ਦੀ ਮਹੀਨਤਾ ਹੈਗੀ ਆ ਜਾਂ ਜਿਹੜੇ ਕਲਚਰਲ ਪ੍ਰੈਕਟਿਸਿਸ ਸਾਡੇ ਚ ਆਈਆਂ ਹੈਗੀਆਂ ਆ ਉਹਨੂੰ ਅਸੀਂ ਉਸ ਹਿਸਾਬ ਨਾਲ ਨਹੀਂ ਸਮਝਦੇ ਜਿੱਦਾਂ ਸਾਡੇ ਪੁਰਖੇ ਸਮਝਦੇ ਸੀ ਤੇ ਮੈਨੂੰ ਲੱਗਦਾ ਵੀ ਇਹ ਕੰਮ ਜਿਹੜਾ ਕਰਨਾ ਹੈਗਾ ਇਹ ਸਿਨੇਮਾ ਵਾਲਿਆਂ ਨੇ ਵੀ ਕਰਨਾ ਹੁੰਦਾ ਆ ਤੇ ਜਿਹੜਾ ਯੂਥ ਹੈਗਾ ਯਾ ਵੀ ਉਹ ਵੀ ਥੋੜਾ ਪੜਨ ਵਾਲੇ ਪਾਸੇ ਥੋੜਾ ਜਿਆਦਾ ਜਾਵੇ ਤਾਂ ਬਸ ਆਹੀ ਕਹਿਣਾ ਚਾਹੁੰਗਾ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇੱਕ ਮੋਟੀ ਗੱਲ ਇੱਕ ਚੰਗੀ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਜੋ ਵੀਵਰ ਨੇ ਜੋ ਫਿਲਮ ਵੇਖਣ ਜਾ ਰਿਹਾ ਏ ਉਸ ਨੂੰ ਘੱਟੋ ਘੱਲ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਏ ਕਿ ਜਿਹੜੀ ਚੀਜ਼ ਨੂੰ ਉਹ ਵੇਖਣ ਜਾ ਰਿਹਾ ਏ ਉਸ ਚੀਜ਼ ਦੇ ਵਿੱਚੋਂ ਉਸ ਨੇ ਰੱਖਣਾ ਕੀ ਆਪਣੇ ਕੋਲ ਤੇ ਕਿਹੜੀ ਚੀਜ਼ ਐ ਜਿਹਨੂੰ ਸਿਨੇਮਾ ਹਾਲ ਦੇ ਵਿੱਚ ਹੀ ਛੱਡ ਕੇ ਵਾਪਸ ਆ ਜਾਣਾ ਏ। ਕੁਝ ਹੋਰ ਨਾ ਚੋਣਾਂ ਨਾਲ ਗੱਲ ਕਰਾਂਗੇ ਕਿਸ ਮੌਜੂਦਾ ਪੰਜਾਬੀ ਸਿਨੇਮ ਇਰੇਤਵਾ ਤੁਹਾਡਾ ਸਵਾਗਤ ਹੈ ਜੀ ਪੰਜਾਬ ਬੋਲਦਾ ਦੇ ਵਿੱਚ ਗੱਲ ਅਸੀਂ ਅੱਜ ਪੰਜਾਬੀ ਸਿਨੇਮੇ ਦੇ ਕਰ ਰਹੇ ਹਾਂ ਕਿ ਪੰਜਾਬੀ ਸਿਨੇਮੇ ਦੇ ਵਿੱਚ ਜਿਸ ਤਰੀਕੇ ਦੀਆਂ ਫਿਲਮਾਂ ਮੌਜੂਦਾ ਦੌਰ ਦੇ ਵਿੱਚ ਬਣ ਰਹੀਆਂ ਨੇ ਉਹ ਨੌਜਵਾਨਾਂ ਤੇ ਕੀ ਪ੍ਰਭਾਵ ਪਾ ਰਹੀਆਂ ਨੇ ਵੱਡਾ ਸਵਾਲ ਇਸ ਲਈ ਵੀ ਖੜਾ ਹੋ ਰਿਹਾ ਸੀ ਕਿਉਂਕਿ ਪਿਛਲੇ ਸਮੇਂ 'ਚ ਅਸੀਂ ਵੇਖ ਰਹੇ ਹਾਂ ਕਿ ਲਗਾਤਾਰ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਜ਼ਿੰਦਗੀ ਨੂੰ ਵਿਖਾਉਂਦੀਆਂ ਫਿਲਮਾਂ ਜਿਹੜੀਆਂ ਨੇ ਸਿਨੇਮਾ ਦੇ ਵਿੱਚ ਵਿਖਾਈਆਂ ਜਾ ਰਹੀਆਂ ਨੇ ਤਾਂ ਕੀ ਇਹ ਫਿਲਮਾਂ ਨੌਜਵਾਨਾਂ ਨੂੰ ਕੋਈ ਸੇਧ ਦੇਣਗੀਆਂ ਜਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਮਾੜਾ ਅਸਰ ਪਾਉਣਗੀਆਂ ਇਸੇ ਬਾਰੇ ਅਸੀਂ ਨੌਜਵਾਨਾਂ ਦੇ ਤੁਸੀਂ ਕੀ ਸੋਚਦੇ ਹੋ ਮੌਜੂਦਾ ਵੇਲੇ ਜਿਹੜਾ ਪੰਜਾਬੀ ਸਿਨੇਮਾ ਹੈ ਉਹਦੇ ਵਿੱਚ ਜੋ ਫਿਲਮਾਂ ਬਣ ਰਹੀਆਂ ਨੇ ਸਵਾਲ ਇਹ ਉੱਠ ਰਿਹਾ ਹੈ ਫਿਲਮ ਦੇ ਨਿਰਦੇਸ਼ਕਾਂ ਤੇ ਪ੍ਰੋਡਿਊਸਰਾਂ ਤੇ ਕਿ ਉਹ ਅਜਿਹੇ ਆ ਸਿਨੇਮਾ ਬਣਾ ਰਿਹਾ ਜੋ ਨੌਜਵਾਨਾਂ ਨੂੰ ਮਾੜੀ ਸੇਧ ਦੇਵੇਗਾ ਗੈਂਗਸਟਰਾਂ ਦੇ ਉੱਤੇ ਆਧਾਰਿਤ ਫਿਲਮਾਂ ਬਣਾ ਰਹੇ ਨੇ ਫਿਲਮਾਂ ਦਾ ਮਤਲਬ ਇਸ ਕਿਸਮ ਦੀਆਂ ਫਿਲਮਾਂ ਬਣਣੇ ਤੋਂ ਪਹਿਲਾਂ ਵੀ ਜਿਹੜੀਆਂ ਫਿਲਮਾਂ ਬਣਦੀਆਂ ਨੇ ਪਹਿਲਾਂ ਸਿਰਫ ਕਮੇਡੀ ਕਿਸਮ ਦਾ ਮਾਮਲਾ ਹਾਂ ਬਹੁਤ ਹਲਕੇ ਕਿਸਮ ਦੀ ਕਮੇਡੀ ਚੱਲਦੀ ਰਹੀ ਆ ਹੋਣਾ ਜਿਹੜੀ ਆ ਗੈਂਗਸਟਰ ਵਾਲਾ ਪਿਛਲੇ ਟਾਈਮ ਚ ਰਜਾਣ ਪਾਦੇ ਆ ਵੈਬ ਸੀਰੀਜ਼ਾਂ ਇਸੇ ਸੰਬੰਧੀ ਆਈ ਤਾਂ ਇਹਦੇ ਚਾਇਂ ਜਿ ਲੱਗਦਾ ਵੀ ਜਿਹੜਾ ਪ੍ਰੋਡਿਊਸਰ ਆ ਜਿਹਨੇ ਪੈਸਾ ਲਾਉਣਾ ਨਾ ਉਹਦੇ ਕਾਫੀ ਕਨਸਟ੍ਰੈਂਟ ਨੇ ਉਹ ਕੁਛ ਘੇਰੇ ਤੋਂ ਬਾਹਰ ਜਾ ਕੇ ਫਿਲਮਾਂ ਬਣਾਉਣ ਤੋਂ ਚੱਲਦੇ ਨੇ ਹਨਾ ਤਾਂ ਇਹ ਸੌਖਾ ਇਹ ਜੀ ਕਾਰੋਬਾਰ ਕਰਨਾ ਸੌਖਾ ਇਹ ਫੀਲਡ ਦੇ ਅੰਦਰ ਵੀ ਆ ਜਿਹੜਾ ਹੈਗਾ ਵੀ ਇਹਦੇ ਤੇ ਨਾ ਕਿਸੇ ਨੇ ਬਹੁਤਾ ਸਿਆਸੀ ਤੌਰ ਤੇ ਇਤਰਾਜ਼ ਕਰਨਾ ਜਿਵੇਂ ਤੁਸੀਂ 84 ਦੇ ਫਿਲਮ ਬਣਾਉਂਗੇ ਠੀਕ ਆ ਤੁਸੀਂ ਖਾਲਸਤਾਨੀ ਸਾਰਾ ਦੌਰ ਆ ਜਿਹੜਾ ਉਹਦੇ ਚ ਜੋ ਮਨ ਲ ਘੱਟ ਗਿਣਤੀਆਂ ਨਾਲ ਆਪ੍ਰੈਸ਼ਨ ਵਾਲਾ ਉਥੇ ਕਰੋਗੇ ਤਾਂ ਉਹ ਬਹੁਤ ਕੰਟੈਂਸ਼ੀਅਸ ਮਾਮਲਾ ਤੇ ਲੋਕ ਕਿਤੋਂ ਚੱਲਦੇ ਨੇ ਕੋਈ ਕੋਈ ਫਿਲਮਾਂ ਸਾਨੂੰ ਦਿਖਦੀਆਂ ਨੇ ਪਰ ਜ਼ਿਆਦਾਤਰ ਲੋਕ ਕਿਤੋਂ ਚੱਲਦੇ ਨੇ ਤੁਸੀਂ ਕਿਸਾਨੀ ਦੇ ਮਾਮਲਿਆਂ ਤੇ ਬਹੁਤੀ ਕੋਈ ਸੀਰੀਅਸ ਕਿਸਮ ਦੀ ਗੱਲ ਕਰਨੀ ਚਾਹੋਗੇ ਤਾਂ ਫਿਰ ਉਹ ਸਵਾਲ ਆ ਤਾਂ ਉਥੇ ਗੱਲ ਕਰਨ ਤੋਂ ਪ੍ਰੋਡਿਊਸਰ ਚਾਹੇ ਮੁਨਾਫੇ ਦੇ ਮਾਮਲੇ ਤੋਂ ਚਾਹੇ ਆਪਦੀ ਵਿਚਾਰਧਾਰਾ ਦੇ ਮਾਮਲੇ ਤੋਂ ਉਹਤੇ ਗੱਲ ਕਰਨੀ ਨਹੀਂ ਚਾਹੁੰਦੇ ਤਾਂ ਫਿਰ ਇਹ ਜੀ ਕਿਹੜੀ ਚੀਜ਼ ਆ ਕਿ ਉਹਤੇ ਤੁਸੀਂ ਫਿਲਮ ਬਣਾਓਗੇ ਲੋਕ ਦੇਖਣਗੇ ਇੱਕ ਕਾਮ ਤੌਰ ਤੇ ਤਰਕ ਆਉਂਦਾ ਜੀ ਚਿੰਗਾ ਸਿਨੇਮਾ ਲੋਕ ਦੇਖਦੇ ਨਹੀਂ ਇਹ ਗਲਤ ਗੱਲ ਆ ਲੋਕ ਦੇਖਦੇ ਨੇ ਠੀਕ ਆ ਪਰ ਇਹ ਆ ਵੀ ਤੁਸੀਂ ਆਪ ਕੁਝ ਇਹ ਜੀਆਂ ਚੀਜ਼ਾਂ ਨੇ ਕੁਝ ਟੀੜੀਆਂ ਲਕੀਰਾਂ ਨੇ ਜਿਹਨੂੰ ਤੁਸੀਂ ਕਰਾਸ ਨਹੀਂ ਕਰਨਾ ਚਾਹੁੰਦੇ ਹਨਾ ਪੈਸੇ ਬਣਾਉਣੇ ਨੇ ਤੁਹਾਡਾ ਮੈਨੂ ਜੈਂਡਾ ਪੈਸਾ ਬਣਾਉਣਾ ਤਾਂ ਤੁਸੀਂ ਉਹ ਘੇਰੇ ਦੇ ਅੰਦਰ ਰਕੇ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਸਹੀ ਗੱਲ ਐ ਸੋਕੇ ਜਿਹੜਾ ਤੁਸੀਂ ਗੱਲ ਕਿਹਾ ਕਿ ਚੰਗੀਆਂ ਫਿਲਮਾਂ ਵੀ ਬਣਦੀਆਂ ਨੇ ਪੰਜਾਬੀ ਵਿੱਚ ਵੀ ਬਣ ਰਹੀਆਂ ਨੇ ਚੰਗੀਆਂ ਫਿਲਮਾਂ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੰਜਾਬੀ ਦਾ ਦਰਸ਼ਕ ਹੈ ਉਸ ਪੱਧਰ ਦੇ ਉੱਤੇ ਪਹੁੰਚਿਆ ਨਹੀਂ ਜਾਂ ਉਹਦੀ ਕਮੀ ਹੈ ਹਾਲੇ ਉਹ ਅੱਗੇ ਵਧੇਗਾ ਦੇਖੋ ਜਿਹੜੀਆਂ ਆਪਾਂ ਚੰਗੀਆਂ ਫਿਲਮਾਂ ਉਹਦੇ ਦੋ ਪੱਖ ਨੇ ਨਾ ਇੱਕ ਤਾਂ ਇਹ ਆ ਵੀ ਉਹਦਾ ਜਿਹੜਾ ਵਿਸ਼ਾ ਬੰਦੇ ਨੇ ਲਿਆ ਉਹ ਥੋੜਾ ਲੋਕਾਂ ਦੀ ਜ਼ਿੰਦਗੀ ਨਾਲ ਰਲਦਾ ਹੋਵੇ ਦੂਜਾ ਉਹਨੂੰ ਬਣਾਉਣ ਦਾ ਜਿਹੜਾ ਕਲਾ ਦਾ ਮਾਮਲਾ ਹੈ ਨਾ ਉਹ ਕਿੰਨੀ ਕੁ ਵਧੀਆ ਤਰੀਕੇ ਨਾਲ ਬਣਾਈ ਆ ਇਹ ਦੋਹੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਅਸੀਂ ਸਿਰਫ ਕਿਉਂਕਿ ਅਸੀਂ ਇਹ ਦਾਵਾ ਇਸ ਕਿਸਮ ਦਾ ਲੈ ਰਹੇ ਆ ਸਾਡਾ ਵਿਸ਼ਾ ਵਸਤੂ ਇਹ ਜਿਆ ਵੀ ਇਹ ਬਹੁਤ ਲੋਕਾਂ ਦੇ ਨੇੜੇ ਆ ਦਿਲ ਦੇ ਤਾਂ ਇਹਦੇ ਕਰਕੇ ਲੋਕ ਦੇਖਣਗੇ ਨਹੀਂ ਹੁੰਦਾ ਹਨਾ ਉਹਦੇ ਅੰਦਰ ਜਿਹੜੀ ਜ਼ਿੰਦਗੀ ਦੀ ਕੰਪਲੈਕਸਿਟੀ ਆ ਤੇ ਗੰਭੀਰਤਾ ਉਹ ਸਾਰੀ ਹੋਣੀ ਚਾਹੀਦੀ ਆ ਉਹ ਤੋਂ ਬਿਨਾ ਤੁਸੀਂ ਸਿਰਫ ਇਹਦੇ ਨਾਮ ਤੇ ਫਿਲਮ ਚਲਾਉਣ ਬਾਰੇ ਸੋਚੋ ਤਾਂ ਔਖਾ ਹਨਾ ਹਾਂ ਪਰ ਦੂਜੀ ਵੀ ਸਮੱਸਿਆ ਹੈਗੀ ਆ ਇੱਕ ਲੌਬੀ ਆ ਜਿਹਦੇ ਜੇ ਹੁਣ ਮੰਨ ਲਓ ਤੁਸੀਂ ਕਿਸਾਨੀ ਕਰਜ਼ੇ ਤੇ ਗੱਲ ਕਰੋਗੇ ਤਾਂ ਜਿਹੜੀ ਇਹ ਲੌਬੀ ਨੂੰ ਸਾਫ਼ ਇਹ ਦਿਖਦਾ ਵੀ ਅੜ ਜਿਵੇਂ 83 ਦਾ ਸਾਰਾ ਕਾਰੋਬਾਰ ਆ ਜਿਹੜਾ ਉਹ ਬਹੁਤ ਚਿਕਾ ਹਨ ਜੇ ਤੁਸੀਂ ਐਡੀ ਲੌਬੀ ਨਾਲ ਟੱਕਰ ਲੈਣੀ ਆ ਉਹਦੇ ਨਾਲ ਕੁਝ ਤਾਂ ਤੁਹਾਨੂੰ ਨੁਕਸਾਨ ਚ ਲੈਣਾ ਪਊਗਾ ਹਨਾ ਉਹ ਇੱਕ ਡਰ ਵੀ ਜਾਂ ਕਹ ਲਓ ਨੁਕਸਾਨ ਜਿਹੜਾ ਹੈਗਾ ਰਹਿੰਦਾ ਹੀ ਆ ਭਾਈ ਤੁਹਾਡਾ ਕੀ ਨਾਮ ਹੈ ਮੈਂ ਨਾ ਹੁਸ਼ਿਆਰ ਸਿੰਘ ਹੁਸ਼ਿਆਰ ਤੁਸੀਂ ਦੱਸੋ ਕਿ ਪੰਜਾਬੀ ਸਿਨੇਮੇ ਦੇ ਮੌਜੂਦਾ ਦੌਰ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਲੱਗਦਾ ਹੈ ਕਿ ਉੱਭਰ ਰਿਹਾ ਦੌਰ ਹੈ ਚੰਗਾ ਦੌਰ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਕਮਾਈ ਵੀ ਇੱਕ ਚੰਗੀ ਚੀਜ਼ ਹੈ ਕਮਾਈ ਹੋਣੀ ਚਾਹੀਦੀ ਤਾਂ ਹੀ ਹੋਰ ਫਿਲਮਾਂ ਬਣਨਗੀਆਂ ਤੇ ਮੌਜੂਦਾ ਵੇਲੇ ਜੋ ਗੈਂਗਸਟਰ ਕਲਚਰ ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਦੇਖੋ ਕਮਾਈ ਦਾ ਤਾਂ ਸਾਧਨ ਬਣ ਹੀ ਹੋਇਆ ਸਿਨੇਮਾ ਕਿਉਂਕਿ ਵਪਾਰਕ ਹੋ ਗਿਆ ਸਾਰਾ ਮਤਲਬ ਉਹ ਤੇ ਵਪਾਰ ਦੇ ਵਿੱਚੋਂ ਹੀ ਮਤਲਬ ਪੈਸੇ ਦੀ ਕਮਾਈ ਹੈ ਜੇ ਉਹਨੂੰ ਕਹਿ ਦਈਏ ਵੀ ਹਾਂ ਵੀ ਉਹ ਸੋਸ਼ਲ ਲਈ ਆਪਦੇ ਪ੍ਰੋਫਿਟ ਕੱਢ ਕੇ ਬਣਾਊਗਾ ਮੈਨੂੰ ਨਹੀਂ ਲੱਗਦਾ ਕੋਈ ਅਜਿਹੇ ਬੰਦਾ ਹੋਊਗਾ ਜਾਂ ਅਜਿਹੇ ਪ੍ਰੋਡਿਊਸਰ ਹੋਊਗਾ ਵੀ ਕੋਈ ਬਣਾਊਗਾ ਕਿਉਂਕਿ ਸਭ ਤੋਂ ਪਹਿਲਾਂ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਆਹੀ ਚੱਲਦਾ ਵੀ ਵਪਾਰੀ ਕਰਨਾ ਵਪਾਰੀ ਕਰਨ ਦੇ ਵਿੱਚ ਕਮਾਈ ਉਹ ਦੇਖਦਾ ਹੈ ਦੂਸਰੀ ਗੱਲ ਵੀ ਚੰਗੇ ਸਿਨੇਮੇ ਦੀ ਗੈਂਗਸਟਰ ਵਾਲੇ ਦੀ ਜਾਂ ਮਤਲਬ ਵੀ ਜਿਵੇਂ ਬਾਈ ਨੇ ਗੱਲ ਕੀਤੀ ਹੈ ਮੈਂ ਇੱਕ ਦੋ ਸਪੈਕਟ ਨੇ ਇੱਕ ਸੋਸ਼ਲ ਵਾਲੀ ਲਾ ਲੋ ਵੀ ਕਿਸਾਨੀ ਦੀ ਹੋਊਗੀ ਜਾਂ ਘਟਿੰਗਣਤੀਆਂ ਵਾਲੀ ਗੱਲ ਹੋਊਗੀ ਉਧਰ ਜਾਂਦੇ ਹੀ ਨਹੀਂਗਾ ਕੋਈ ਜਾਊਗਾ ਵੀ ਕਿਉਂ ਜਾਊਗਾ ਤਾਂ ਤਾਂ ਮਤਲਬ ਇੱਕ ਉਹਦਾ ਡਰ ਹੈ ਵੀ ਉਹ ਜਿਹੜੀ ਪੋਲਿਟੀਕਲ ਅਥਾਰਟੀ ਹੈ ਉਹਦੇ ਨਾਲ ਕੌਣ ਟੱਕਰ ਲੂ ਲਊਗਾ ਠੀਕ ਹੈ ਦੂਜੀ ਗੱਲ ਹੈ ਵੀ ਗੈਂਗਸਟਰ ਵਾਲਾ ਮੈਨੂੰ ਸੌਖਾ ਕੰਮ ਲੱਗਦਾ ਥੋੜਾ ਜਿਹਾ ਮਤਲਬ ਵੀ ਐ ਆ ਵੀ ਹਾਂ ਚਾਰ ਮੁੰਡੇ ਮਾਰ-ਟੜ ਦਿਖਾਓ ਇੱਧਰ ਕਰਤਾ ਇੱਧਰ ਕਰਤਾ ਠੀਕ ਹੈ ਉਹ ਬਣ ਗਈ ਫਿਲਮ ਤੇ ਉਹਦੇ ਚ ਇੱਕ ਸਟੋਰੀ ਆ ਉਹ ਇੰਡੀਵਿਜੂਅਲ ਸਟੋਰੀ ਨੂੰ ਲੈ ਕੇ ਕੰਮ ਕਰਦੇ ਨੇ ਇਹ ਨਹੀਂ ਹੈਗੇ ਵੀ ਕਲੈਕਟਿਵ ਦੇ ਵਿੱਚ ਇੱਕ ਕੋਈ ਸੰਥੀਸਿਸ ਹੈ ਉਹਦੇ ਉਹਦੇ ਲਈ ਵਰਕ ਕਰ ਰਹੇ ਨੇ ਨਹੀਂ ਨਹੀਂ ਇੱਕ ਵੱਡਾ ਸਵਾਲ ਇਹ ਹੈ ਕਿ ਕਿਸੇ ਤੇ ਕਿਸੇ ਫਿਲਮ ਦਾ ਪ੍ਰਭਾਵ ਕੀ ਪੈਂਦਾ ਇਹ ਤੁਸੀਂ ਨਿਰਧਾਰਤ ਕਿਵੇਂ ਕਰੋਗੇ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਇੱਕ ਆਮ ਧਾਰਨਾ ਹੀ ਬਣ ਚੁੱਕੀ ਹੈ ਕਿ ਇਸ ਤਰੀਕੀ ਦੀਆਂ ਫਿਲਮਾਂ ਦਾ ਮਾੜਾ ਹੀ ਪ੍ਰਭਾਵ ਪਾਏਗਾ ਨਾ ਕਿ ਨੌਜਵਾਨ ਕੋਈ ਚੰਗਾ ਸਿੱਖ ਕੇ ਆਣਗੇ ਕਿ ਕਿ ਗੈਂਗਸਟਰ ਦਾ ਕਿਸੇ ਦਾ ਅੰਤ ਕੀ ਹੋਇਆ ਉਹਨੇ ਕੀ ਸ਼ੁਰੂਆਤ ਕੀਤੀ ਕਿੱਥੇ ਗਲਤੀਆਂ ਕੀਤੀਆਂ ਇਹ ਚੀਜ਼ਾਂ ਉਹ ਘੱਟ ਸਿੱਖੇਗਾ ਤੁਹਾਨੂੰ ਲੱਗਦਾ ਹੈ ਕਿ ਇਹ ਤੁਸੀਂ ਅਬਜ਼ਰਵ ਕੀ ਕਰਨਾ ਹੈ ਉਹ ਅਬਜ਼ਰਵੇਸ਼ਨ ਵੀ ਘੱਟ ਹੈ ਪੰਜਾਬੀ ਦਰਸ਼ਕਾਂ ਚਲੇ ਅਸਲ 'ਚ ਦੇਖੋ ਜਦੋਂ ਕੋਈ ਵੀ ਬੰਦਾ ਜਾਂ ਕੋਈ ਪਰਸਨ ਆਏ ਜਦੋਂ ਜਵਾਨੀ ਚੜਦੀ ਹੈ ਤਾਂ ਖੂਨ ਵਾਲੇ ਮਾਰ ਤੇ ਉਹਦੀ ਸਮਝ ਜਦੋਂ ਇੱਕ ਟਾਈਮ ਤੋਂ ਬੰਦਾ ਮਤਲਬ ਵੀ ਪਿੰਡ ਤੋਂ ਸ਼ਹਿਰ ਵੱਲ ਜਾਂਦਾ ਯੂਨੀਵਰਸਿਟੀ ਚ ਆਉਂਦਾ ਕਾਲਜ ਚ ਆਉਂਦਾ ਇੱਕ ਉਹ ਕਲਚਰ ਜਿਹੜਾ ਉਹਦਾ ਪੀਅਰ ਗਰੁੱਪ ਆ ਉਹ ਉਹ ਜਿਆ ਹੁੰਦਾਗਾ ਇਧਰ ਉਧਰ ਜਾਣਾ ਘੁੰਮਣਾ ਫਿਰਨਾ ਮਤਲਬ ਉਹਦੇ ਜਿਹੜਾ ਥਾਟ ਕਨਸਟਰਕਟ ਹੋ ਰਿਹਾ ਹੁੰਦਾ ਨਾ ਕਿ ਉਹ ਪਹਿਲੇ ਹੀ ਮਤਲਬ ਵੀ ਬੜਾ ਤਕੜਾ ਹੁੰਦਾ ਥਾਟ ਹਾਂਗਾ ਵੀ ਹਾਂ ਥੋੜਾ ਮੋਟਾ ਹੋ ਸਕਦਾ ਪਰ ਉਹਦੇ ਚੋਂ ਹੁਣ ਮਤਲਬ ਵੀ ਉਹ ਕਿੱਧਰ ਨੂੰ ਉਹਨੂੰ ਕਿਵੇਂ ਪਰਸੀਵ ਕਰਦਾ ਉਹ ਤੇ ਡਿਪੈਂਡ ਕਰਦਾ ਮੈਂ ਮਤਲਬ ਵੀ ਐ ਡਿਫਾਈਨ ਨਹੀਂ ਕਰ ਸਕਦਾ ਕੱਲੇ ਕੱਲੇ ਬੰਦੇ ਨੂੰ ਵੀ ਹਾਂ ਵੀ ਉਹ ਮਤਲਬ ਆ ਫਲਾਣਾ ਉਹਨੂੰ ਆ ਚੀਜ਼ ਚੰਗੀ ਲੱਗੂਗੀ ਜਾਂ ਨਹੀਂ ਚੰਗੀ ਲੱਗੂਗੀ ਹਾਂ ਥੋੜੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਵੀ ਉਹ ਸਮਝ ਸਕਦਾਗਾ ਪਰ ਓਵਰਆਲ ਸਾਰੇ ਚੀਜ਼ ਨੂੰ ਸਮਝ ਲੇ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਉਹ ਜੂਥ ਆ ਉਹ ਸਮਝ ਲੂਗਾ ਹਾਂ ਜਿਹੜਾ ਉਹਦੋਂ ਅਗਲਾ ਜੂਥ ਆ ਮਤਲਬ ਵੀ ਜਿਹੜਾ ਕੰਮ ਕਰ ਰਿਹਾ ਜਾਂ ਹੋਰ ਹੈਗਾ ਉਹ ਕਿੰਨਾ ਕਹ ਜਾਂਦਾ ਜਾਂ ਸਿਰਫ ਉਹ ਆਪਦੇ ਕੰਮਕਾਰਾਂ ਚੋਂ ਨਿਕਲ ਗਏ ਰੋਜ਼ਗਾਰ ਐਂਟਰਟੇਨਮੈਂਟ ਦੇ ਲਈ ਕੰਮ ਹਾਂ ਚੱਲ ਯਾਰ ਦੇਖ ਆਉਨੇ ਘੰਟਾ ਦੋ ਘੰਟੇ ਪਾਸ ਹੋ ਜਾਣਗੇ ਉਹ ਉਸ ਟੰਗ ਨਾਲ ਉਹਨੂੰ ਲਊਗਾ ਉਹ ਇਹ ਦੋ ਕਿਹਦੇ ਵਿੱਚ ਸੁਸਾਇਟੀ ਦਾ ਤੁਸੀਂ ਕੀ ਰੋਲ ਸਮਝਦੇ ਹੋ ਕਿ ਜਦੋਂ ਕੋਈ ਪ੍ਰੋਡਿਊਸਰ ਜਾਂ ਨਿਰਦੇਸ਼ਕ ਕੋਈ ਫਿਲਮ ਬਣਾਉਂਦਾ ਹੈ ਉਹਦੇ ਤੇ ਕੀ ਸੋਨ ਲੱਗਦਾ ਕਿ ਇੱਕ ਸੋਸਾਇਟੀ ਦਾ ਕੋਈ ਪ੍ਰੈਸ਼ਰ ਹੁੰਦਾ ਏ ਜਾਂ ਤੁਹਾਨੂੰ ਲੱਗਦਾ ਇੱਕ ਸੋਸਾਇਟੀ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਦਿੰਦੇ ਨੇ ਕਿ ਸੋਸਾਇਟੀ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਉੱਥੇ ਕੀ ਚੱਲ ਰਿਹਾ ਅਸੀਂ ਕੀ ਦਿਖਾਉਣਾ ਹੈ ਸਾਡਾ ਮਤਲਬ ਸਿਰਫ ਮੁਨਾਫਾ ਕਮਾਉਣਾ ਹੈ ਤੇ ਇਹਦੇ ਵਿੱਚ ਦਰਸ਼ਕ ਦੀ ਆਬਜ਼ਰਵੇਸ਼ਨ ਤੁਸੀਂ ਕੀ ਦੇਖਦੇ ਹੋ ਪੰਜਾਬੀ ਜਿਹੜਾ ਖਾਸ ਤੌਰ ਤੇ ਪੰਜਾਬੀ ਦਰਸ਼ਕ ਹੈ ਦੇਖੋ ਦਰਸ਼ਕ ਵਾਲੀ ਗੱਲ ਜਿਵੇਂ ਪਹਿਲਾਂ ਚੱਲ ਰਹੀ ਹੈ ਨਾ ਮਤਲਬ ਮਤਲਬ ਜਿਹੜਾ ਅੱਡਾ ਡਿਸੈਕਸ਼ਨ ਹੈ ਨਾ ਉਮਰ ਦੇ ਹਿਸਾਬ ਨਾਲ ਡਾਡ ਸੈਕਸ਼ਨ ਆ ਉਹ ਜਿਹੇ-ਜਿਹੇ ਬੈਕਗ੍ਰਾਉਂਡ ਚੋਂਦਾ ਉਹ ਜਿਹੇ ਤਰੀਕੇ ਨਾਲ ਉਹਨੂੰ ਪਰ ਇਹ ਜਿਹੇ ਗੱਲਾਂ ਨੇ ਉਹ ਇੱਕ ਪਾਰਟिकुलर ਬੈਕਗ੍ਰਾਉਂਡ ਜੁਆ ਰਿਹਾ ਇੱਕ ਖਾਸ ਕਿਸਮ ਦੇ ਮਤਲਬ ਬੈਕਗ੍ਰਾਉਂਡ ਜੁਆ ਰਿਹਾ ਤਾਂ ਉਹਨੂੰ ਲੱਗਦਾ ਵੀ ਇਹ ਗਲਤ ਆ ਹਾਂ ਇਹ ਗੱਲ ਹੈਗੀ ਆ ਵੀ ਜਿਹੜੇ ਨਵੇਂ ਮੁੰਡੇ ਨੇ ਜਿਨ੍ਹਾਂ ਦਾ ਜ਼ਿੰਦਗੀ ਦਾ ਤਜਰਬਾ ਹਜੇ ਕੋਈ ਬਹੁਤਾ ਲੰਮਾ ਚੌੜਾ ਨਹੀਂ ਹੁੰਦਾ ਤਾਂ ਉਹਨਾਂ ਦਾ ਦੁਨੀਆ ਨੂੰ ਦੇਖਣ ਦਾ ਤਰੀਕਾ ਜਦੋਂ ਬਣਦਾ ਨਾ ਜਦੋਂ ਇਹ ਲੱਗਦਾ ਵੀ ਹਾਂ ਵੀ ਬਾਈ ਦੀ ਚੱਲਦੀ ਆ ਖਾਸ ਕਰ ਇਹਨਾਂ ਚਾਹੀਦਾ ਨਾ ਵੀ ਵੀ ਆਪਦਾ ਨਾਂ ਖੱਟਣ ਦੀ ਵੈਸੇ ਸਾਡੇ ਸਮਾਜ ਦਾ ਜਿਹੜਾ ਬੜਾ ਸੰਕਟ ਆ ਇਹ ਉਹਨੂੰ ਹੀ ਦਿਖਾ ਰਿਹਾ ਗולם ਮਲਾ ਕੇ ਫਿਲਮਾਂ ਦਾ ਐਵੇਂ ਬਣਦਾ ਵੀ ਵੀ ਲੋਕਾਂ ਨੂੰ ਫਿਲਮਾਂ ਪਸੰਦ ਆ ਰ ਮਤਲਬ ਉਸ ਕਿਸਮ ਦਾ ਕੋਈ ਸੰਕਲਪ ਦਿਖਦੇ ਨਹੀਂ ਹੈਗੇ ਸਾਨੂੰ ਭਗਤ ਸਿੰਘ ਸਾਨੂੰ ਮਤਲਬ ਸਾਡੇ ਇਤਿਹਾਸ ਚੋਂ ਚੰਗੀਆਂ ਸਿੱਖਿਆਵਾਂ ਲੈਣ ਦੀ ਕੋਈ ਪ੍ਰੇਰਨਾ ਦਿਖ ਨਹੀਂ ਰਹੀ ਹੈ ਕਿ ਸਾਡਾ ਸਮਾਜ ਖਾਲੀ ਹੋਇਆ ਪਿਆ ਹੈ ਨਾ ਤਾਂ ਇਹ ਉਹ ਖਲਾਈ ਦਿਖਾ ਰਿਹਾ ਗੁਲਮਲਾ ਕੇ ਤਾਂ ਸਮਾਜ ਆ ਜਿਹੜਾ ਸਮਾਜ ਥੋੜਾ ਜਿਆਦਾ ਕੰਪਲੈਕਸ ਆ ਆਪਾਂ ਵੀ ਸਾਰੇ ਸਮਾਜ ਦਾ ਹਿੱਸਾ ਤਾਂ ਇਹ ਦਾਵਾ ਕਰਨਾ ਮੈਂ ਸਮਾਜ ਵਾਸਤੇ ਕੋਈ ਕੁਝ ਕਰ ਰਿਹਾ ਕਿ ਥੋੜੀ ਵੱਡੀ ਗੱਲ ਹੋ ਜਾਂਦੀ ਆ ਬੰਦਾ ਸੱਚ ਦੇ ਨੇੜੇ ਤੇੜੇ ਕੁਝ ਦਿਖਾਉਣ ਦੀ ਕੋਸ਼ਿਸ਼ ਕਰੇ ਹਨਾ ਉਹਤੇ ਆਪਦੀ ਕਲਾ ਵੀ ਦਿਖਾ ਸਕਦਾ ਥੋੜਾ ਖਿਆਲ ਉੱਤੇ ਵੀ ਖੜਾ ਕੀਤਾ ਆ ਸਨ ਇੱਕ ਮੈਂ ਇੱਕ ਹੋਰ ਆ ਕੇ ਇਸ ਵਾਰ ਪੁੱਛਣਾ ਚਾਹਾਂਗਾ ਕਿ ਹੁਣ ਇਨ ਫਿਊਚਰ ਤੁਸੀਂ ਕੀ ਪੰਜਾਬੀ ਸਿਨੇਮੇ ਦਾ ਫਿਊਚਰ ਤੁਸੀਂ ਵੇਖ ਰਹੇ ਹੋ ਤੁਹਾਨੂੰ ਲੱਗਦਾ ਕਿਸ ਤਰੀਕੇ ਨੇ ਫਿਲਮਾਂ ਬਣਦੀਆਂ ਰਹਿਣਗੀਆਂ ਤੇ ਪੰਜਾਬੀ ਨੌਜਵਾਨਾਂ ਨੂੰ ਤੁਸੀਂ ਕੀ ਕਹੋਗੇ ਕਿ ਕਿਸ ਤਰੀਕੇ ਨਾਲ ਜੇਕਰ ਤੁਸੀਂ ਵੀ ਫਿਲਮਾਂ ਦੇ ਦਰਸ਼ਕ ਤੁਸੀਂ ਵੀ ਦੇਖਦੇ ਹੋ ਹੋਂਗੇ ਤੁਸੀਂ ਕਿਸ ਤਰੀਕੇ ਨਾਲ ਕਿਸੇ ਫਿਲਮ ਨੂੰ ਦੇਖਦੇ ਹੋ ਤੇ ਕਿਸ ਤਰੀਕੇ ਨਾਲ ਕਿਸੇ ਫਿਲਮ ਨੂੰ ਵੇਖਣਾ ਚਾਹੀਦਾ ਆਬਜ਼ਰਵ ਕਿਵੇਂ ਕਰਨਾ ਚਾਹੀਦਾ ਅ ਦੇਖੋ ਜੀ ਗੱਲ ਇਦਾਂ ਵੀ ਫਿਲਮਾਂ ਕਿਸ ਤਰ੍ਹਾਂ ਦੀਆਂ ਬਣਨਗੀਆਂ ਜਾਂ ਬਣ ਰਹੀਆਂ ਨੇ ਉਹ ਮਤਲਬ ਉਹ ਪ੍ਰੋਡਿਊਸਰ ਤੇ ਜਿਹੜਾ ਪੈਸਾ ਲਾ ਰਿਹਾ ਉਹ ਤੇ ਬਾਲਾ ਤੈਅ ਕਰਦਾਗਾ ਉਹ ਕਿਵੇਂ ਦੇਖ ਰਿਹਾ ਉਹ ਵਪਾਰੀ ਆਪਦੇ ਮਤਲਬ ਇਹ ਮੁਨਾਫੇ ਨੂੰ ਜਾਂ ਆਪਦੇ ਮਤਲਬ ਇਹ ਉਹ ਪੋਲਿਟਿਕਲ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਆਂ ਵੀ ਉਹ ਉਹਦੇ ਨਾਲ ਟੱਕਰ ਲੈਣ ਦੀ ਹਿੰਮਤ ਹੈਗਾ ਨਹੀਂ ਹੈਗਾ ਜਾਂ ਉਥੋਂ ਮਤਲ ਹੋਣਗੀਆਂ ਵੀ ਕਿੱਦਾਂ ਦੀਆਂ ਬਣਨਗੀਆਂ ਜਾਂ ਕੁਝ ਮਾਹੌਲ ਵੀ ਕਿਹਾ ਜਾਗਾ ਸਮਾਜ ਦਾ ਉਹਦੀ ਰਿਫਲੈਕਸ਼ਨ ਚੋਂ ਕੁਝ ਚੀਜ਼ਾਂ ਨਿਕਲ ਕੇ ਆਉਣਗੀਆਂ ਮਤਲਬ ਇਹ ਚੱਲਦਾ ਰਹਿੰਦਾ ਨਿਰੰਤਰ ਮਤਲਬ ਪਹਿਲਾਂ ਵੀ ਰਿਹਾ ਹੁਣ ਵੀ ਚੱਲ ਰਿਹਾ ਉਹ ਜਿਹਾ ਖਲਾਅ ਤੇ ਅੱਗੇ ਵੀ ਇਦਾਂ ਦਾ ਇੱਕ ਮਿੰਟ ਇਹ ਗੱਲ ਲਓ ਕਿ ਤੁਸੀਂ ਕੀ ਸੋਚਦੇ ਹੋ ਕਿਉਂਕਿ ਕਲਾਕਾਰ ਜਾਂ ਪ੍ਰੋਡਿਊਸਰ ਜਾਂ ਕਲਾਕਾਰਾਂ ਦੀ ਵੀ ਸੀ ਗੱਲ ਕਰੀ ਜਿਹੜੇ ਗਾਣਿਆਂ ਦੇ ਵਿੱਚ ਗਨ ਕਲਚਰ ਵਿਖਾਉਂਦੇ ਆ ਉਹਨਾਂ ਦਾ ਇੱਕ ਤਰਕ ਇਹ ਹੁੰਦਾ ਸਾਨੂੰ ਲੋਕ ਦੇਖ ਰਹੇ ਆ ਜੀ ਸਾਡੇ ਮਿਲੀਅਨ ਟ੍ਰਿਲੀਅਨ ਵਿਊ ਆ ਰਹੇ ਆ YouTube ਤੇ ਸਾਨੂੰ ਨੌਜਵਾਨ ਵੇਖਦਾ ਹੈ ਅਸੀਂ ਜੋ ਉਹਨਾਂ ਨੂੰ ਪਸੰਦ ਆ ਸੀ ਉਹ ਚੀਜ਼ ਵਿਖਾ ਰਹੇ ਆ ਅਸੀਂ ਕੁਝ ਗਲਤ ਨਹੀਂ ਕਰ ਰਹੇ ਉਹ ਕੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨਹੀਂ ਜ਼ਿੰਮੇਵਾਰੀ ਨਹੀਂ ਉਹਨਾਂ ਦੀ ਦੁਕਾਨ ਆ ਇਹ ਉਹਨਾਂ ਨੂੰ ਜਿੱਥੋਂ ਸੌਖਾ ਪੈਸਾ ਬਣਦਾ ਦਿਖਦਾ ਉਹ ਕੰਮ ਕਰ ਰਹੇ ਨੇ ਇਹ ਗੱਲ ਮਤਲਬ ਇਹੋ ਜੀ ਫਾਲਤੂ ਗੱਲਾਂ ਬੋਤਲੋ ਕਰਦੇ ਨੇ ਹਨਾ ਮੀਡੀਆ ਦੇ ਅੰਦਰ ਵੀ ਦੀ ਇਹ ਜੀ ਹਿਸਟਰੀ ਆ ਵੀ ਅਸੀਂ ਉਹੀ ਦਿਖਾਉਂਦੇ ਆ ਜੋ ਲੋਕ ਦੇਖਦੇ ਨੇ ਜਦੋਂ ਤੁਸੀਂ ਕਿਸੇ ਸੀਰੀਅਸ ਮਾਮਲੇ ਤੇ ਗੱਲ ਨਹੀਂ ਕਰਨੀ ਹੁੰਦੀ ਹਮੇਸ਼ਾ ਹੀ ਇਹ ਤਰਕ ਆਉਂਦਾ ਇਹ ਥੋੜਾ ਰਿਸਕ ਹੁੰਦਾ ਕਲਾਕਾਰ ਵਾਸਤੇ ਹਨ ਕਲਾਕਾਰਾਂ ਦੀ ਸੂਚੀ ਕੱਢੋਂਗੇ ਤਾਂ ਇਹ ਜਾਂ ਚੱਲਦਾ ਫਿਰਦਾ ਕੰਮ ਕਰਨ ਵਾਲਾ ਕੋਈ ਬੰਦਾ ਲੱਭਦਾ ਨਹੀਂ ਪਿਕਾਸੋ ਤੁਹਾਨੂੰ ਵਿਖਦਾ ਹਨਾ ਨਰੂਦਾ ਨੂੰ ਤੁਸੀਂ ਦੇਖੋਗੇ ਹਨਾ ਤਾਂ ਉੱਥੇ ਮਤਲਬ ਪੰਜਾਬੀ ਚ ਵੀ ਜੇ ਆਪਾਂ ਗੱਲ ਕਰੀਏ ਹਨਾ ਸਾਇਤਕਾਰ ਵੀ ਦੇਖੋਗੇ ਕਵੀ ਦੇਖੋਗੇ ਤੁਸੀਂ ਫਿਰ ਹਨਾ ਉਹ ਜਿਹੜਾ ਸਮਾਜ ਨੂੰ ਥੋੜਾ ਜਿਆਦੇ ਗੰਭੀਰਤਾ ਨਾਲ ਦੇਖ ਸਕਦਾ ਉਹੀ ਵਿਖਦਾ ਇਹ ਠੀਕ ਆ ਇਹ ਚੋ ਪੈਸਾ ਬਣਾ ਰਿਹਾ ਇਹ ਚੱਲ ਰਿਹਾ ਪਰ ਹਾਂ ਇਹਨਾਂ ਚੋਂ ਵੀ ਕੋਈ ਉਹੀ ਬੰਦੇ ਰਹਿਣਗੇ ਚਾਰ ਜਿਹੜੇ ਥੋੜਾ ਨੇੜੇ ਦੀ ਗੱਲ ਕਰਨਗੇ ਠੀਕ ਹੈ ਜਿਵੇਂ ਕੁਝ ਬੰਦੇ ਨੇ ਹਨਾ ਜਿਵੇਂ ਜਿਹੜਾ ਆਹ ਟਰੈਂਡ ਆ ਸਿੱਧੂ ਮੂਸੇ ਵਾਲਾ ਤੇ ਆਪਣਾ ਕਰਨੌਜਲਾ ਤੇ ਇਹ ਸਾਰਾ ਜਿਹੜਾ ਟ੍ਰੈਂਡ ਆ ਉਹ ਇੱਕ ਕਿਤੇ ਨਾ ਕਿਤੇ ਵੀ ਦਿਖਾ ਰਿਹਾ ਵੀ ਜਿਹੜਾ ਸਾਡਾ ਨੌਜਵਾਨ ਆ ਨਾ ਉਹ ਇਹੋ ਜੀ ਹਾਲਤ ਚਾ ਉਹਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਨੂੰ ਕੁਝ ਦਿਖ ਨਹੀਂ ਰਿਹਾ ਉਹ ਆਪਣੇ ਆਪ ਨੂੰ ਹਥਿਆਰਾਂ ਨਾਲ ਐਕਸਪ੍ਰੈਸ ਕਰਦੇ ਉਹਨੂੰ ਲੱਗਦਾ ਵੀ ਮੇਰੀ ਕੋਈ ਹਸਿਆਤ ਆ ਹਨਾ ਉਹ ਸਮਾਜ ਦੇ ਜਿਹੜਾ ਹਾਲਤਾ ਉਹਦੀ ਇੱਕ ਖਾਸ ਪੱਖ ਨੂੰ ਦਿਖਾ ਰਿਹਾ ਮਤਲਬ ਇਹ ਗੱਲਾਂ ਅੱਜ ਹੀ ਇੰਨੀ ਤੇਜ਼ੀ ਨਾਲ ਗੱਲ ਸੁਣੀਆਂ ਜਾ ਰਹੀਆਂ ਨੇ ਕਿਉਂਕਿ ਬੇਰੁਜ਼ਗਾਰੀ ਆ ਤੁਹਾਨੂੰ ਸਮੱਸਿਆਵਾਂ ਦਿਖ ਰਹੀਆਂ ਨੇ ਜਿਹੜਾ ਨਵਾਂ ਮੁੰਡਾ ਅੱਜ ਪਿੰਡ ਦੇ ਅੰਦਰ ਜਿਹੜਾ 14-15 ਸਾਲ ਦਾ 20 ਦਾ ਮੁੰਡਾ ਹੈਗਾ ਹਨਾ ਉਹਨੂੰ ਜਦੋਂ ਆਪਣੀ ਜ਼ਿੰਦਗੀ 'ਚ ਕੁਝ ਹੋਰ ਨਹੀਂ ਦਿਖਦਾ ਪਰ ਉਹਨੇ ਆਪਣੇ ਆਪ ਨੂੰ ਕਿਤੇ ਐਕਸਪ੍ਰੈਸ ਕਰਨਾ ਜਿਹੜੀ ਉਹਦੀ ਉਮਰ ਆਉਂਗੀ ਲੱਗਣਾ ਵੀ ਹਾਂ ਮੈਂ ਕੁਝ ਐ ਹਾਂ ਤਾਂ ਉਹਨੂੰ ਜਿਹੜਾ ਆਈਡੀਆ ਦਿਖਦਾ ਉਹਦੇ ਨਾਲ ਜੁੜ ਜਾਂਦਾ ਹਨਾ ਉਹਦਾ ਐਕਸਪੀਰੀਅੰਸ ਹੈ ਨਹੀਂ ਡੂੰਗਾ ਰਾਈ ਬਰਬਰ ਧੰਨਵਾਦ ਸਾਡਾਂ ਨਾਲ ਗੱਲਬਾਤ ਕਰਨ ਲਈ ਸੋ ਨੌਚੋਣਾ ਦਾ ਹੀ ਕਹਿਣਾ ਹੈ ਕਿ ਮੌਜੂਦਾ ਵੇ ਪੰਜਾਬੀ ਦਰਸ਼ਕ ਨੂੰ ਵੀ ਇੱਕ ਸਮਾਂ ਆਏਗਾ ਜਦੋਂ ਚੀਜ਼ਾਂ ਨੂੰ ਸਮਝਣਗੇ ਪਰਖਣਗੇ ਪਰ ਇੱਕ ਗੱਲ ਇਹ ਵੀ ਹੈ ਕਿ ਜੋ ਦਰਸ਼ਕ ਜੀ ਨਾ ਚੀਜ਼ਾਂ ਨਾਲ ਪ੍ਰਭਾਵਿਤ ਹੋਏਗਾ ਉਹ ਕਿਹੜੇ ਪਿਛੋਕੜ ਚੋਂ ਆਉਂਦਾ ਹੈ ਉਹਦਾ ਪਿਛੋਕੜ ਕੀ ਹੈ ਕਿਸ ਤਰੀਕੇ ਨਾਲ ਉਹ ਚੀਜ਼ਾਂ ਨੂੰ ਸਮਝਦਾ ਹੈ ਸਿਨੇਮੇ ਦੇ ਵਿੱਚ ਦੇਖਣ ਵਾਲੇ ਨੌਜਵਾਨਾਂ ਨੂੰ ਇਹ ਚੀਜ਼ ਅਹਿਮ ਰਹਿੰਦੀ ਹੈ ਜਦੋਂ ਉਹ ਸਿਨੇਮਾ ਦੇਖਣ ਜਾਂਦੇ ਨੇ ਕਿੰਨਾ ਕੁ ਪ੍ਰਭਾਵ ਉਹ ਕਬੂਲ ਕਰਦੇ ਨੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਬ੍ਰੇਕ ਤੋਂ ਬਾਅਦ ਕੁਝ ਹੋਰ ਨਾ ਚਾਹੁੰਨ ਦੇ ਨਾਲ ਗੱਲ ਕਰਾਂਗੇ ਪ੍ਰੇਕਟਵਾਟਾ ਤੁਹਾਡਾ ਸਵਾਗਤ ਹੈ ਜੀ ਪੰਜਾਬ ਬੋਲਦਾ ਦੇ ਵਿੱਚ ਗੱਲ ਅਸੀਂ ਪੰਜਾਬੀ ਸਿਨੇਮੇ ਦੇ ਉੱਤੇ ਕਰ ਰਹੇ ਹਾਂ ਕਿ ਪੰਜਾਬੀ ਸਿਨੇਮੇ ਦਾ ਮੌਜੂਦਾ ਨੌਜਵਾਨਾ ਨੌਜਵਾਨ ਪੀੜੀ ਤੇ ਕਿਸ ਤਰੀਕੇ ਦਾ ਪ੍ਰਭਾਵ ਹੈ ਕਿਉਂਕਿ ਸਵਾਲ ਲਗਾਤਾਰ ਇਹ ਉੱਠ ਰਿਹਾ ਹੈ ਕਿ ਇੱਕ ਪਾਸੇ ਕਲਾਕਾਰ ਨੇ ਦੂਜੇ ਪਾਸੇ ਫਿਲਮਾਂ ਦੇ ਨਿਰਦੇਸ਼ਕ ਨੇ ਨੌਜਵਾਨ ਆਡੀਅנס ਨੂੰ ਟਾਰਗੇਟ ਕਰਨ ਦੇ ਚੱਕਰ ਦੇ ਵਿੱਚ ਗੈਂਗ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਸਾਡਾ ਨੌਜਵਾਨ ਇਹ ਨਾਲ ਲਗਾਤਾਰ ਗੱਲਬਾਤ ਅਸੀਂ ਕਰ ਰਹੇ ਹਾਂ ਭਾਜੀ ਕਿਹਨਾ ਤੁਹਾਡਾ ਮੇਰਾ ਨਾਮ ਲਖਣੇ ਲਖਣ ਤੁਸੀਂ ਦੱਸੋ ਕਿ ਪੰਜਾਬੀ ਸਿਨਮਾ ਜੋ ਮੌਜੂਦਾ ਵੇਲੇ ਵੰਡ ਰਿਹਾ ਹੈ ਜਿਦੇ ਵਿੱਚ ਇਹ ਕਿ ਤਾਨੂੰ ਕੀ ਲੱਗਦਾ ਕਿਸ ਤਰੀਕੇ ਦੀ ਗੱਲ ਹੈ ਤੇ ਕੀ ਇਹ ਨੌਜਵਾਨਾਂ ਤੇ ਮਾੜਾ ਪ੍ਰਭਾਵ ਪਾਏਗੀ ਦੇਖੋ ਜੀ ਇਹ ਸਿਨੇਮਾ ਆਪਣੀ ਦੇਖਿਆ ਜਾਵੇ ਦਾ ਸੋਸਾਇਟੀ ਦਾ ਇੱਕ ਆਇਨਾ ਹੁੰਦਾ ਹੈ ਜਿਹੋ ਜਿਹਾ ਆਪਣੇ ਅੱਜ ਕੱਲ ਸਮਾਜ ਦੇ ਜੋ ਸਿਚੁਏਸ਼ਨਾਂ ਚੱਲ ਰਹੀਆਂ ਹਨ ਜੋ ਕੰਡੀਸ਼ਨ ਹੈ ਉਹੋ ਜਿਹੀ ਸਿਨੇਮਾ ਵਿੱਚ ਬੰਦ ਹੈ ਉਹੋ ਜਿਹੀ ਲੋਕਾਂ ਨੂੰ ਜੇ ਮਤਾ ਮਿਲਦਾ ਉਹਨਾਂ ਦਾ ਉਹਦੀ ਕੰਟੈਂਟ ਤੇ ਸਟੋਰੀ ਨਾਲ ਤਾਂ ਉਹਨਾਂ ਨੂੰ ਪਸੰਦ ਆਉਂਦਾ ਜੇ ਆਪਾਂ ਗੱਲ ਕਰੀਏ ਵੀ ਨੌਜਵਾਨ ਪੀੜ੍ਹੀ ਅੱਜ ਕੱਲ ਇਨਫਲੂਐਂਸ ਹੋ ਰਹੀ ਹੈ ਆ ਸਿਨੇਮਾ ਦੇ ਗੈਂਗਸਟਰਾਂ ਨਾਲ ਤੇ ਉਹਦੇ ਨਾਲ ਤਾ ਜੇ ਇਹ ਬਿਲਕੁਲ ਤੁਹਾਡੀ ਠੀਕ ਹੈ ਵੀ ਇਨਫਲੂਐਂਸ ਬਹੁਤ ਹੈ ਇਹ ਇਸਾ ਕਿਉਂਕਿ ਆਪਾਂ ਜੇ ਦੇਖਿਆ ਜਾਵੇ ਤਾਂ ਸਿਨੇਮਾ ਵਿੱਚ ਅੱਜ ਕੱਲ ਜੋ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਗਾਣਿਆਂ 'ਚ ਵੀ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਗੈਂਗਸਟਰ ਨੂੰ ਇੱਕ ਜੋ ਕਹਿੰਦੇ ਆ ਲਾਰਜਰ ਦੈਨ ਲਾਈਫ ਇਮੇਜ ਦਿੱਤੀ ਜਾਂਦੀ ਹੈ ਉਹ ਕਿਤੇ ਨਾ ਕਿਤੇ ਹਰ ਇੱਕ ਤਰ੍ਹਾਂ ਦੇ ਨੌਜਵਾਨ ਤੇ ਅਸਰ ਪਾਉਂਦੀ ਹੈ ਜਿਹੜਾ ਨੌਜਵਾਨ ਹਲੇ ਆਪਣੀ ਜਿਹੜਾ ਕਿ ਮੁਛ ਫੁੱਟ ਗੱਭਰੂ ਹੈ ਅੱਜ ਕੱਲ ਆਪ ਜੋ ਆਪਣੀ ਉਹ ਕਿ ਸਟੇਜ ਤੋਂ ਨਿਕਲ ਰਿਹਾ ਹੈ ਆਪਣੀ ਜਵਾਨੀ ਸਟੇਜੋਂ ਨਿਕਲ ਰਿਹਾ ਹੈ ਉਹ ਇਹ ਚੀਜ਼ਾਂ ਨੂੰ ਪ੍ਰਭਾਵਿਤ ਹੋ ਕੇ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹਨੂੰ ਆਪਣੇ ਜ਼ਿੰਦਗੀ 'ਚ ਅ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਇੱਕ ਬੜਾ ਮਾੜਾ ਮੇਰੇ ਹਿਸਾਬ ਨਾਲ ਇੱਕ ਸਿਨੈਰੀਓ ਹੋ ਚੁੱਕਿਆ ਅੱਜ ਕੱਲ੍ਹ ਦੇ ਟਾਈਮ 'ਚ ਅੱਛੀ ਗੱਲ ਦੱਸੋ ਕਿ ਤੁਸੀਂ ਕਿਹਾ ਕਿ ਜੋ ਸਮਾਜ ਦੇ ਵਿੱਚ ਵਾਪਰਦਾ ਹੈ ਸਿਨੇਮਾ ਉਸ ਚੀਜ਼ ਨੂੰ ਵਿਖਾਉਂਦਾ ਹੈ ਪਰ ਪੰਜਾਬ ਦੇ ਵਿੱਚ ਇੱਕ ਗੱਲ ਹੀ ਨਜ਼ਰ ਆਉਂਦੀ ਹੈ ਕਿ ਹਰ ਪਾਸੇ ਜਿਹੜਾ ਹੈ ਉਹ ਗਨ ਕਲਚਰ ਨਜ਼ਰ ਆਉਂਦਾ ਹੈ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਵੀ ਹੋ ਰਹੀਆਂ ਨੇ ਵਿਦਿਆਰਥੀ ਜਿਹੜਾ ਇਹ ਨੇ ਉਹ ਪਰੇਸ਼ਾਨ ਨੇ ਨੌਜਵਾਨ ਰੋਜ਼ਗਾਰ ਨੂੰ ਲੈ ਕੇ ਜਿਹੜੇ ਨੇ ਘੁੰਮ ਰਹੇ ਨੇ ਪੁਰ ਬਹੁਤ ਸਾਰੇ ਸਮਾਜਿਕ ਤਰਾਸ ਦੀਆਂ ਪੰਜਾਬ ਜਿਹੜਾ ਇਹ ਚੱਲ ਰਿਹਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਜੇਕਰ ਵਿਖਾਵਾਂਗੇ ਤਾਂ ਮੁਨਾਫਾ ਨਹੀਂ ਹੋਣਾ ਉਹ ਚੀਜ਼ ਵਿਖਾਓ ਜਿਹੜੀ ਨੌਜਵਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਜਿਹੜਾ ਅੱਜ ਕੱਲੇ ਪੰਜਾਬੀ ਸਿਨੇਮਾ ਦੇ ਪ੍ਰੋਡਿਊਸਰ ਡਾਇਰੈਕਟਰ ਨੇ ਇਹਨਾਂ ਦਾ ਸਿੱਧਾ ਸਿੱਧਾ ਐਕਸੈਸ ਹੈ ਗਵਰਨਮੈਂਟ ਨਾਲ ਗਵਰਨਮੈਂਟ ਨਾਲ ਜੋ ਜਿਹੜੀ ਚੀਜ਼ਾਂ ਦੇ ਸੋਲੂਸ਼ਨ ਜਿਵੇਂ ਕਿਸਾਨ ਕੁਝ ਕੁਸ਼ੀ ਕਰਿਆ ਤੁਸੀਂ ਜਿਹੜੇ ਵੱਧ ਦੇ ਇਹਨਾਂ ਦੇ ਕਰਜ਼ੇ ਨੇ ਉਹਨਾਂ ਉਹਨਾਂ ਸਰਕਾਰਾਂ ਕੋਲ ਕੋਈ ਹੱਲ ਨਹੀਂ ਇਸ ਚੀਜ਼ ਦਾ ਤਾਂ ਮੇਰੇ ਹਿਸਾਬ ਨਾਲ ਇਹ ਜੇ ਮੋਰੇ ਖੜੇ ਕੀਤੇ ਗਏ ਨੇ ਕਿ ਵੀ ਦੂਜਾ ਕੰਟੈਂਟ ਦਿਖਾ ਜਾਵੇ ਤਾਂ ਕਿ ਲੋਕਾਂ ਦਾ ਇਹਨਾਂ ਵੱਲੋਂ ਧਿਆਨ ਹਟੇ ਗਨ ਕਲਚਰ ਦਿਖਾਤਾ ਜਾਂ ਆਪਣਾ ਕਾਲਜ ਲਾਈਫ ਦਿਖਾਤੀ ਹੁਣ ਕਾਲਜ ਲਾਈਫ ਆਪਣੀ ਪੰਜਾਬੀ ਸਿਨੇਮਾ ਦੀ 90% ਫਿਲਮਾਂ ਕਾਮੇਡੀ ਹੁੰਦੀਆਂ ਨੇ ਮੰਨਿਆ ਵੀ ਆਪਾਂ ਇੱਕ ਇਹ ਜਿਹਾ ਮੁਲਕ ਹੈ ਆਪਣਾ ਵੀ ਹਰ ਇੱਕ ਬੰਦਾ ਆਪ ਦੇ ਸਟ੍ਰੈਸ ਤੇ ਆਪਣੇ ਟੈਨਸ਼ਨਾਂ ਨੂੰ ਦੂਰ ਕਰਨ ਲਈ ਫਿਲਮਾਂ ਦੇਖਦਾ ਲੇਕਿਨ ਜੇ ਉਹ ਚ ਇੱਕ ਇਹੋ ਜਿਹਾ ਉਸ ਸਟੋਰੀ ਲਾਈਨ ਦੇ ਵਿੱਚ ਇੱਕ ਇਹੋ ਜਿਹਾ ਆਪਾਂ ਨੂੰ ਮੈਸੇਜ ਦਿੱਤਾ ਜਾਵੇ ਜੋ ਕਿ ਅੱਗੇ ਜਾ ਕੇ ਵੀ ਹੈਲਪ ਕਰੇ ਇੱਕ ਬਹੁਤ ਚੰਗਾ ਉਹ ਮੇਰੇ ਹਿਸਾਬ ਨਾਲ ਹੋ ਸਕਦਾ ਹੈ ਲੇਕਿਨ ਮੇਰੇ ਹਿਸਾਬ ਨਾਲ ਧਿਆਨ ਸਿਰਫ ਹਟਾਉਣ ਵਾਸਤੇ ਆਪਣਾ ਇਹ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਆਮ ਇੱਕ ਯੂਵਾ ਹੈ ਉਹ ਅਸਲ ਮੁੱਦੇ ਦੀ ਗੱਲਾਂ ਤੋਂ ਦੂਰ ਭਟਕਿਆ ਰਹੇ ਇੱਕ ਗੱਲ ਤੁਸੀਂ ਕਿਹਾ ਕਿ ਉਹਨਾਂ ਨੇ ਪੈਸਾ ਕਮਾਉਣਾ ਹੁੰਦਾ ਉਹ ਇੱਕ ਵੱਖਰਾ ਟੌਪਿਕ ਹੋ ਗਿਆ ਕਿ ਉਹਨਾਂ ਦਾ ਕੰਮ ਹੈ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਨੇ ਪੈਸਾ ਕਮਾਉਣਾ ਹੈ ਇਹਨੋਂ ਵਿੱਚ ਤੁਸੀਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਪਰ ਉਹਨਾਂ ਨੂੰ ਇੱਕ ਗੱਲ ਇਹ ਲੱਗਦੀ ਹੈ ਕਿ ਨੌਜਵਾਨ ਵੀ ਇਹੀ ਚੀਜ਼ ਵੇਖਣਾ ਚਾਹੁੰਦਾ ਹੈ ਭਾਵੇਂ ਕਲਾਕਾਰ ਹੋਣ ਫਿਲਮਾਂ ਵਾਲੇ ਹੋਣ ਉਹ ਇਹ ਕਹਿੰਦੇ ਆ ਕਿ ਦੇਖੋ ਜੀ ਜੇ ਕੋਈ ਫਿਲਮ ਚੱਲੀ ਹੈ ਗੈਂਗਸਟਰ ਵਾਲੀ ਤਾਂ ਕਿਉਂਕਿ ਨੌਜਵਾਨੀ ਨੂੰ ਵੇਖਣਾ ਚਾਹੁੰਦੇ ਇਸ ਲਈ ਇਹ ਫਿਲਮ ਚੱਲੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸੋਸਾਇਟੀ ਦੇ ਵਿੱਚ ਨੌਜਵਾਨਾਂ ਨੇ ਦਿਮਾਗ 'ਚ ਇਹੀ ਚੀਜ਼ ਚੱਲ ਰਹੀ ਹੈ ਜੇ ਤੁਸੀਂ ਕੰਟੈਂਟ ਇਹ ਜਿਹਾ ਬਣਾਉਂਗੇ ਤਾਂ ਹੀ ਸੱਪਾ ਨੌਜਵਾਨ ਦੇਖੂਗਾ ਹੁਣ ਤੁਸੀਂ ਹੁਣ ਅੱਜ ਕੱਲ ਦੇ ਟਾਈਮ 'ਚ ਪੰਜਾਬੀ ਸਿਨੇਮਾ ਵੀ ਬਹੁਤ ਇੱਕ ਉਚਾਈਆਂ ਛੋ ਰਿਹਾ ਹੈ ਤੁਸੀਂ ਇਹ ਦੇਖੋਗੇ ਜੇ ਨਵੇਂ ਆਣ ਵਾਲੇ ਜਿਹੜੇ ਅਪਕਮਿੰਗ ਯੂਟਿਊਬਰ ਨੇ ਉਹ ਆਪ ਦੀ ਸ਼ਾਰਟ ਫਿਲਮ ਪੰਜਾਬੀ ਸ਼ਾਰਟ ਫਿਲਮ ਹੈ ਕੰਟੈਂਟ ਬੇਸਡ ਜਿਹੜੀ ਕਿ ਕਿਸਾਨ ਖੁਦਕੁਸ਼ੀ ਤੇ ਤੇ ਮੈਂ ਹੁਣੇ ਕੁਝ ਦਿਨ ਪਹਿਲਾਂ ਦੇਖੀ ਸੀ ਵੀ ਜੋ ਨਸ਼ੇ ਦੀ ਹਾਲਤ ਚ ਜਦੋਂ ਅਸੀਂ ਦੀ ਤਰਾਸ ਦੀ ਪੰਜਾਬ ਚ ਹੈ ਉਸ ਤੇ ਇੱਕ ਸ਼ਾਰਟ ਫਿਲਮ ਬਣਾਈ ਹੋਈ ਸੀ ਤੇ ਉਸ ਤੇ ਘੱਟੋ ਘੱਟ 12 ਮਿਲੀਅਨ ਵਿਊ ਸੀਗੇ ਤਾਂ ਜੇ ਕੰਟੈਂਟ ਹੈ ਜਾਂ ਬਨੇਗਾ ਤਾਂ ਹੀ ਨੌਜਵਾਨ ਦੇਖ ਪਾਏਗਾ ਜੇ ਤੁਸੀਂ ਸਿਰਫ ਇਸ ਚੀਜ਼ ਦਾ ਹਵਾਲਾ ਦਿਓਗੇ ਵੀ ਜੀ ਗੈਂਗਸਟਰ ਵਾਲੀ ਫਿਲਮਾਂ ਜਾਂ ਚੱਲਦੀਆਂ ਨੇ ਜਾਂ ਫਿਰ ਕੋਈ ਆਪਣੇ ਅੱਤਵਾਦੀ ਫਿਲਮਾਂ ਜਾ ਚੱਲਦੀਆਂ ਨੇ ਤਾਂ ਇਹ ਇੱਕ ਬਿਲਕੁਲ ਹੀ ਗਲਤ ਸਟੇਟਮੈਂਟ ਹੈ ਜੇ ਕੰਟੈਂਟ ਇਹ ਜਾਂ ਬਣੂਗਾ ਤਾਂ ਹਰ ਇੱਕ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਆਪਣੇ ਪੰਜਾਬ ਦੀ ਆਪਣੇ ਇੰਡੀਆ ਦੀ 130 ਕਰੋੜ ਪੋਪੂਲੇਸ਼ਨ ਹੈ ਤੇ ਆਪਣੇ ਬਹੁਤ ਪੰਜਾਬੀ ਵੀਰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਵਸਦੇ ਨੇ ਜੇ ਕੰਟੈਂਟ ਉਹਨਾਂ ਦੇ ਰਿਲੇਟੇਬਲ ਉਹਨਾਂ ਦੇ ਪੰਜਾਬ ਦੀ ਪ੍ਰੋਬਲਮ ਦਿਖਾਉਂਗੇ ਇੱਕ ਤਾਂ ਉਹ ਤੋਂ ਪ੍ਰੇਰਣਾ ਲੈਣਗੇ ਦੂਜੀ ਗੱਲ ਉਹ ਐਜ ਸਟੈਪਸ ਵੀ ਦੇ ਸਕਣਗੇ ਜੋ ਆਪਣੇ ਇਹਨਾਂ ਪ੍ਰੋਬਲਮਸ ਨੂੰ ਹੱਲ ਕਰਨ ਦੀ ਵੱਲ ਲੈ ਕੇ ਜਾਵੇ ਜੀ ਅਸਲ ਇਹ ਹੈ ਕਿ ਪੰਜਾਬੀ ਪੰਜਾਬੀ ਚ ਵੀ ਐਦਾਂ ਦੇ ਐਦਾਂ ਦੇ ਵਿਊਰ ਹੈਗੇ ਜਿਹੜੇ ਚੰਗਾ ਕੰਟੈਂਟ ਦੇਖਣਾ ਚਾਹੁੰਦੇ ਪਰ ਉਹਨਾਂ ਨੂੰ ਮਿਲਦਾ ਨਹੀਂ ਬਿਲਕੁਲ ਜੀ ਬਿਲਕੁਲ ਐਕਚੁਅਲੀ ਇਹ ਕੰਟੈਂਟ ਵਾਲੇ ਲੋਕ ਹੀ ਜ਼ਿਆਦਾ ਨਹੀਂ ਤੁਸੀਂ ਅੱਜਕੱਲ ਜੇ ਫਿਲਮਾਂ ਦੇਖੋਗੇ ਕਾਮੇਡੀ ਫਿਲਮਾਂ ਜਿਹੜੀ ਆਉਂਦੀਆਂ ਜਾਂ ਫਿਰ ਜਿਹੜੀ ਆ ਫਿਲਮਾਂ ਆਉਂਦੀਆਂ ਇਹਨਾਂ ਦਾ ਜੋਰ ਮੈਂ ਜੋ ਆਪਣੀ ਵਿੱਚ ਦੇਖਿਆ ਇਹਨਾਂ ਦਾ ਜੋਰ ਬਾਕਸ ਆਫਿਸ ਸਿਰਫ 3 ਤੋਂ 4 ਦਿਨ ਲੱਗਦਾ ਰਹਿੰਦਾ ਹੈ ਜਸਟ ਸਟਾਰਟਿੰਗ ਸਟਾਰਟਿੰਗ ਹੀ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਜਾ ਕੇ ਦੇਖੋ ਸਿਨੇਮਾ ਬਿਲਕੁਲ ਖਾਲੀ ਬਈ ਹੁੰਦੇ ਨੇ ਤਾਂ ਇਹ ਕੋਈ ਉਹ ਨਹੀਂ ਹੈ ਵੀ ਬਹੁਤ ਸੋ ਬਿਲਕੁਲ ਜੀ ਕਿਸੇ ਫਿਲਮ ਦਾ ਕੋ ਸਕਸੈਸ ਹੋਣਾ ਜਾਂ ਕਾਮਯਾਬ ਹੋਣਾ ਸਿਰਫ ਇਸ ਚੀਜ਼ ਦੇ ਉੱਤੇ ਆਧਾਰਿਤ ਨਹੀਂ ਹੋ ਸਕਦਾ ਕਿ ਉਸ ਫਿਲਮ ਨੇ ਕਿੰਨੇ ਕਰੋੜ ਕਮਾ ਲਏ ਨੇ ਗੱਲ ਇਹ ਹੁੰਦੀ ਹੈ ਕਿ ਉਸ ਫਿਲਮ ਨੇ ਲੋਕਾਂ ਨੂੰ ਦੱਸਿਆ ਕੀ ਹੈ ਕਿਹੜੀ ਚੀਜ਼ ਦੀ ਲੋਕਾਂ ਦੇ ਵਿੱਚ ਸਮਝ ਪੈਦਾ ਕੀਤੀ ਹੈ ਤੇ ਅੱਜ ਅਸੀਂ ਗੱਲ ਪੰਜਾਬੀ ਸਿਨੇਮੇ ਦੇ ਉੱਤੇ ਕੀਤੀ ਹੈ ਪੰਜਾਬੀ ਸਿਨੇਮੇ ਤੇ ਚਰਚਾ ਜਿਹੜੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਤੇ ਫਿਲਹਾਲ ਅੱਜ ਦੇ ਪੰਜਾਬ ਬੋਲ ਦਾ ਚੈਨਈ ਧੰਨਵਾਦ